ਉਹ ਕਿਤੇ ਪ੍ਰਗਟ ਵਾਲੀ ਗੱਲ ਸੱਚ ਤਾਂ ਨਹੀਂ ਹੋ ਗਈ। ਪ੍ਰਗਟ ਮੈਨੂੰ ਕਹਿੰਦਾ ਸੀ ਵੀ ਭੈਣੇ ਇਹਨਾਂ 'ਤੇ ਯਕੀਨ ਨਾ ਕਰ, ਕਿਤੇ ਮੀਤ ਤਾਂ ਨਹੀਂ ਚੱਕ ਕੇ ਲੈ ਗਈ। ਕਰਦੀ ਆ ਮੈਂ ਉਹਦੇ ਨਾਲ ਗੱਲ। ਦੇ ਖਰਚਿਆਂ ਜੋਗਾ ਤਾਂ ਹੋ ਗਿਆ, ਜਿਹੜੇ ਰਹਿ ਗਏ ਹੁਣ ਆਹ 2 ਕੁ ਟੋਕਸ ਜੀ, ਇਹਨਾਂ ਤੋਂ ਕੰਮ ਆਪਾਂ ਉਦੋਂ ਲਵਾਂਗੇ ਜਦੋਂ ਰੁਪਈਏ ਖਤਮ ਹੋ ਗਏ। ਕਿਹੜਾ ਹੁਣ ਆਪਾਂ ਇਹਨਾਂ ਨੂੰ ਰੱਖਦੇ ਇੱਥੇ ਸਾਂਭ ਕੇ? ਬੋਲਦੇ ਕਿਉਂ ਨਹੀਂ ਭਾਈ ਤੁਸੀਂ, ਮੇਰੀਆਂ ਟੂਮਾਂ ਦਿਓ, ਕਿੱਥੇ ਮੇਰੀਆਂ ਟੂਮਾਂ? ਭੈਣੇ ਟੂਮਾਂ ਤਾਂ ਜੇ ਤੇਰੀਆਂ ਗਵਾਚੀਆਂ ਨਾਲ ਮੇਰੀਆਂ ਵੀ ਤਾਂ ਗਵਾਚੀਆਂ ਹੀ ਨੇ ਨਾ, ਤੁਸੀਂ ਸਾਡੇ ਤੇ ਕਿਉਂ ਦੂਸ਼ਣ ਲਾਈ ਜਾਂਦੇ ਹੋ? ਤੂੰ ਚੋਰੀ ਵੀ ਕਰਨ ਲੱਗ ਗਿਆ, ਮੈਨੂੰ ਤਾਂ ਹਜੇ ਵੀ ਨਹੀਂ ਯਕੀਨ ਪ੍ਰਗਟ ਤੂੰ ਮੈਨੂੰ ਤੋਂ ਸੱਚੀ ਗੱਲ ਦਾ ਯਕੀਨ ਦਾ ਤੀਜੇ ਦਿਨ ਘੁੰਮਣ ਨੂੰ ਆ ਜਾਂਦਾ, ਤੀਜੇ ਦਿਨ ਵਗ ਜਾਂਦਾ, ਮਤਲਬ ਗੱਲੀ ਵਿੱਚ ਕਰਦਾਰੇ ਨੇ ਦੱਸਦਾ ਸੀ ਬਾਲੇ ਟਾਈਮ ਲਾਤਾ ਭੈਣ ਨੇ ਤਾਂ। ਇੱਕ ਤਾਂ ਗਰਮੀ ਇੰਨੀ ਜ਼ਿਆਦਾ ਇੱਥੇ ਕਿਹੜਾ ਖੜਾ ਜਾਂਦਾ, ਪਤਾ ਨਹੀਂ ਕੀ ਕਰਨ ਲੱਗ ਗਈ, ਚੱਕਣ ਤਾਂ ਟਾਪਸ ਗਈ ਸੀ। ਮੀਤ ਆਂਟੀ ਤੁਹਾਨੂੰ ਨਾ ਅੰਕਲ ਨੇ ਸੱਦਿਆ। ਤੂੰ ਕਹਿੰਦਾ ਭੱਜਿਆ ਭੱਜਿਆ ਕੀ ਹੋ ਗਿਆ? ਉਹਨਾਂ ਨੇ ਸੱਦਿਆ ਵੀ ਉਹਦੀ ਲੱਤ 'ਚ ਦਰਦ ਬਾਲਾ ਹੋਈ ਜਾਂਦਾ। ਬਾਲਾ ਹੋਈ ਜਾਂਦਾ? ਹਾਂਜੀ। ਚੱਲ ਫਿਰ ਆਗੂ ਆਪਾਂ ਚੱਲੀਏ। ਕਿੱਧਰ ਗਈ? ਇੱਥੋਂ ਹੀ ਪਤਾ ਲੱਗਦਾ ਨਾ ਵੀ ਚੋਰੀ ਤਾਂ ਇੱਥੇ ਨਹੀਂ ਕੀਤੀ ਹੈ, ਜੇ ਸੱਚੀ ਹੁੰਦੀ ਤਾਂ ਇੱਥੇ ਖੜਦੀ, ਛੱਡਦੀ ਖੇੜਾ ਮੈਂ ਵੀ ਨਹੀਂ, ਮੈਂ ਵੀ ਮਗਰੀ ਜਾਂਦੀ ਹਾਂ, ਕਿੱਥੇ ਲੁਕੋਏਂਗੀ ਤੂੰ ਜਾ ਕੇ? ਆ ਗਈ? ਹਾਂਜੀ ਆ ਗਈ। ਤੁਹਾਨੂੰ ਮੈਂ ਕਿੰਨੇ ਵਾਰੀ ਕਿਹਾ ਵੀ ਜਦੋਂ ਮੈਂ ਘਰੇ ਨਹੀਂ ਹੁੰਦੀ ਨਾ ਨਾ ਕਰਿਆ ਕਰੋ ਕੋਈ ਕੰਮ, ਹੁਣ ਦੇਖ ਕੇ ਮੈਂ ਦਰਦ ਨਾਲ ਪੀੜ ਪੀੜ ਹੋਈ ਜਾਂਦੀ। ਉਹ ਮੈਂ ਕਾਹਨੂੰ ਕੰਮ ਕਰਦਾ ਸੀਗਾ, ਉਹ ਗਾਈ ਜੀ ਆ ਗਈ ਸੀ ਅੰਦਰ, ਮੈਂ ਇਹ ਤੋਂ ਮੈਂ ਤੁਰ ਪਿਆ, ਮੈਂ ਕਿਹਾ ਚੱਲ ਜਾ ਕੇ ਮੈਂ ਇਹਨੂੰ ਕੋਹ ਕਰਦਾ ਬਾਹਰ, ਤੂੰ ਖੁੱਲਾ ਛੱਡ ਗਿਆ, ਮੈਂ ਕਿਹਾ ਚੱਲ ਭਜਾ ਦਿੰਦਾ। ਉਹ ਜਦੋਂ ਮੈਂ ਉਹਨੂੰ ਹੱਕਣ ਗਿਆ ਤਾਂ ਉਹਨੇ ਮਾਰੀ ਟੱਕਰ, ਗੱਲ ਕਰ ਇੱਧਰ ਵੱਜੀ ਸੀ ਪੈਰ ਤੇ, ਵੱਜਣ ਤਾਂ ਨਹੀਂ ਮੈਂ ਉਹਨੂੰ, ਹੁਣ ਸੱਟ ਤਾਂ ਨਹੀਂ ਵਾਲੀ ਵੱਜੀ? ਸੱਟ ਤਾਂ ਪਤਾ ਨਹੀਂ, ਦਰਦ ਵਾਲਾ ਹੋ ਹੀ ਜਾਂਦਾ। ਪਰ ਚੱਲ ਆਪਾਂ ਡਾਕਟਰ ਦੇ ਚੱਲੀਏ। ਹੈ ਡਾਕਟਰ ਦੇ ਚੱਲੀਏ? ਡਾਕਟਰ ਦੇ ਯਾਰ ਹੁਣ ਉਹੀ ਗੱਲਾਂ, ਫਿਰ ਹੁਣ ਡਾਕਟਰ ਦੇ ਵੀ ਕਾਸੇ ਤੇ ਜਾਵਾਂਗੇ, ਕੀ ਕਰਾਂਗੇ? ਆਪਾਂ ਇੱਥੇ ਤੁਰੇ ਜਾਂਦੇ ਆ, ਗਾਹਾਂ ਤੋਂ ਕੋਈ ਆਟੋ ਮਿਲ ਜੂਗਾ, ਕਿਉਂਕਿ ਐ ਪੀੜ ਹੋਈ ਜਾਊਗੀ ਫਿਰ ਵੀ ਔਖਾ ਗਾ। ਮੈਂ ਤਾਂ ਕਹਿੰਦੀ ਆ ਚੱਲਦੇ ਆ ਡਾਕਟਰ ਦੇ। ਐ ਕਰਦੇ ਆ ਯਾਰ, ਹਾਂ ਪਿੰਡ ਵਾਲੇ ਨੂੰ ਕੇਰਾਂ ਦਿਖਾ ਹੋਣੇ ਆ, ਜਾਂ ਤੂੰ ਉਹ ਹੋਰੂ ਕਰ, ਉਹ ਜਿਹੜੀਆਂ ਦਰਦ ਦੀਆਂ ਗੋਲੀਆਂ ਨੇ ਹਨਾ, ਉਹ ਤਾਂ ਮੈਂ 2 ਲੈ ਲਈਆਂ ਸੀਗੀਆਂ। ਅੱਛਾ ਜੀ। ਹਾਂ ਜੇ ਤਾਂ ਉਹਦੇ ਨਾਲ ਟਿਕ ਗਿਆ ਤਾਂ ਠੀਕ ਆ, ਨਹੀਂ ਆਪਾਂ ਐ ਕਰਦੇ ਆ ਪਿੰਡ ਵਾਲੇ ਡਾਕਟਰ ਨੂੰ ਇੱਕ ਵਾਰੀ ਦਿਖਾ ਦਿੰਨੇ ਆ ਵੀ ਕੁਛ ਹਿੱਲ ਹੁੱਲ ਤਾਂ ਨਹੀਂ ਗਿਆ ਹੈਗਾ, ਫਿਰ ਕਿੱਟਾ ਜਾ ਇਹ। ਮੈਨੂੰ ਤਾਂ ਐਸੀ ਮਾਸ ਪਾਟਿਆ ਹੋਇਆ ਦੁਬਾਰੇ ਨਾ, ਫਿਰ ਉਹੀ ਮਾਸ ਮਾੜਾ ਜਿਹਾ ਮਿਲਿਆ ਹੋਊਗਾ, ਫਿਰ ਨਾ ਪਾਟ ਗਿਆ ਹੋਵੇ। ਕੀ ਕੀਤਾ ਜਾ ਸਕਦਾ ਯਾਰ, ਬਾਹਲਾ ਦਰਦ ਹੋਈ ਜਾਂਦਾ ਜੀ। ਪਹਿਲਾਂ ਤਾਂ ਬਾਹਲਾ ਸੀਗਾ ਜਦੋਂ ਦੀ ਦਰਦ ਵਾਲੀਆਂ ਗੋਲੀਆਂ ਹੀ ਲੈਤੀਆਂ, ਹੁਣ ਤਾਂ ਟਕਾ ਹੋ ਗਿਆ। ਠੀਕ ਆ, ਚੱਲ ਫਿਰ ਹੋ ਜਾਓ ਖੜੇ ਚੱਲੀਏ। ਭਾਬੀ ਕਿਉਂ ਭੱਜੀ ਆਉਂਦੀ ਆ? ਇਹ ਵੀ ਦੱਸਦਾ ਹੋ ਭੈਣ, ਭੈਣ ਤੈਨੂੰ ਦੱਸਦਾ ਸੀ ਕਿਸੇ ਨੇ? ਹਾਂ ਮੈਨੂੰ ਦੱਸਦਾ ਸੀ, ਤੁਸੀਂ ਕਿੱਧਰ ਚੱਲੇ ਸੀ? ਅਸੀਂ ਤਾਂ ਡਾਕਟਰ ਦੇ ਜਾਂਦੇ ਆ, ਤੇਰੇ ਵੀਰੇ ਤੇ ਨਾ ਦੁਆਰੇ ਲੈ ਹੁਣ ਸੁਨਿਆਰਾਂ ਦੇ ਜਾਵੋ। ਓਹੋ ਭਾਬੀ ਤੂੰ ਵੀ ਕਮਾਲ ਕਰਦੀ ਆ, ਬੱਜੀ ਮੇਰੇ ਸੱਟ, ਮੈਂ ਡਾਕਟਰ ਦੇ ਜਾਊਂਗਾ, ਸੁਨਿਆਰੇ ਦੇ ਕੀ ਲੈਣ ਜਾਣਾ ਮੈਂ? ਉਹੀ ਤਾਂ ਗੱਲ ਆ, ਸੁਨਿਆਰੇ ਦੇ ਕਰਨ ਜਾਣਾ ਭੈਣ, ਅਸੀਂ ਤਾਂ ਡਾਕਟਰ ਦੇ ਜਾਵਾਂਗੇ ਮਾਸ ਪਾਟ ਕੇ। ਨਾ ਬਣ ਮੀਤ, ਮੇਰੀ ਗੱਲ ਸੁਣ, ਮੈਂ ਤੇਰੇ ਮਗਰੀ ਭੱਜੀ, ਤੂੰ ਖੜੀ ਨਾ ਭਾਈ। ਭੈਣੇ ਉੱਥੇ ਆਗੂ ਅਗਮਨ ਆ ਗਿਆ ਸੀ, ਕਹਿੰਦਾ ਚਾਚਾ ਡਿੱਗ ਪਿਆ, ਮੈਂ ਤਾਂ ਕਰਕੇ ਭੱਜੀ ਭੱਜੀ ਘਰੇ ਆਈ। ਗੱਲ ਕੀ ਹੋ ਗਈ, ਤੂੰ ਘੁਮਾਈ ਕੇ ਜਾਨੀ ਆ? ਗੱਲ ਸੁਣ, ਗੱਲ ਕੁਛ ਨਹੀਂ ਹੋਈ, ਗੱਲ ਹੋ ਵੀ ਗਈ ਬਹੁਤ ਵੱਡੀ ਹੋ ਗਈ, ਟੂਮਾ ਲਿਆਓ ਭਾਈ ਮੇਰੇ। ਟੂਮਾ ਲਈਏ? ਤੁਹਾਡੀਆਂ ਟੂਮਾ? ਟੂਮਾ ਤਾਂ ਮੇਰੀਆਂ ਵੀ ਤੁਹਾਡੇ ਘਰੇ ਪਈਆਂ, ਤੇ ਤੁਸੀਂ ਮੈਨੂੰ ਕਹੀ ਜਾਂਦੇ ਟੂਮਾ ਲਿਆਓ। ਓਏ ਆਪਦਾ ਇੱਕ ਟੌਪਸਾਂ ਦਾ ਜੋੜਾ ਧਰ ਕੇ ਤੇ ਤੂੰ ਮੈਨੂੰ ਕਹਿੰਦੀ ਐ ਵੀ ਟੂਮਾ ਮੇਰੀਆਂ ਲਿਆਓ? ਭੈਣੇ ਮੈਂ ਕਦੋਂ ਕਿਹਾ ਟੂਮਾ ਮੇਰੇ ਨਾਲ, ਤੁਸੀਂ ਗੱਲਾਂ ਇਹ ਜਿਹਾ ਕਰੀ ਜਾਂਦੇ ਹੋ, ਮੈਨੂੰ ਤਾਂ ਗੱਲ ਦੀ ਕੋਈ ਸਮਝ ਨਹੀਂ ਆਉਂਦੀ ਹੈਗੀ, ਮੈਂ ਇੱਥੋਂ ਟੂਮਾ ਕਿਉਂ ਮੰਗੀ ਜਾਂਦੇ ਹੋ, ਮੈਂ ਕਿਹੜਾ ਸਾਂਭੀਆਂ ਸੀ? ਕਿਹੜੀਆਂ ਟੂਮਾ? ਬੰਟੂ ਮੈਂ ਤੈਨੂੰ ਦੱਸਦੀ ਆ ਭਾਈ, ਇਹਨੇ ਅੱਜ ਉਹ ਤੇ ਨਾ ਆਪਣੀਆਂ ਪੇਟੀਆਂ ਤੇ ਚਾਦਰਾਂ ਵਿਛਾਈਆਂ ਸੀ, ਇਹਨੂੰ ਪਤਾ ਸੀ ਵੀ ਭੈਣ ਨੇ ਟੂਮਾ ਇੱਥੇ ਰੱਖੀਆਂ, ਮੇਰੀਆਂ ਟੂਮਾ ਨਾਲ ਚੱਕ ਲਿਆਈ ਆਪਦੇ ਟੌਪਸਾਂ ਦੇ ਨਾਲ। ਮੇਰੀ ਗੱਲ ਸੁਣ ਲੈ ਭਾਬੀ, ਐਵੇਂ ਇਲਜ਼ਾਮ ਲਾਉਣ ਦਾ ਕੋਈ ਫਾਇਦਾ ਨਹੀਂ, ਤੂੰ ਤੈਨੂੰ ਬੋਲਣ ਦੀ ਲੋੜ ਨਹੀਂ, ਮੈਨੂੰ ਸਭ ਪਤਾ।
ਮੀਂਹ ਤਾਂ ਦੇਖ ਅਸੀਂ ਮੰਨ ਲਓ ਮਜਬੂਰ ਹੋ ਕੇ ਤੁਹਾਡੇ ਘਰੇ ਕੰਮ ਵੀ ਕਰਨ ਲੱਗ ਗਈ, ਇਹ ਕੰਮ ਕਰ ਸਕਦੇ ਪਰ ਚੋਰੀ ਨਹੀਂ ਕਰ ਸਕਦੀ ਹੈਗੀ, ਮੈਨੂੰ ਇਹਦੇ ਬਾਰੇ ਸਭ ਪਤਾ, ਕਿਹੜਾ ਮੈਂ ਅੱਜ ਦਾ ਜਾਣਦਾ। ਭਾਈ ਮੈਨੂੰ ਵੀ ਵੇਖ ਮੇਰੀ ਗੱਲ ਸੁਣ, ਇੰਨਾ ਕੋਈ ਮੈਂ ਇਲਜ਼ਾਮ ਜਾਣ ਕੇ ਨਹੀਂ ਲਾਉਂਦੀ, ਜੇ ਮੇਰੇ ਘਰੋਂ ਚੀਜ਼ ਹਿੱਲੀ ਆ ਮੈਂ ਤਾਂਹੀਓ ਮਗਰ ਭੱਜੀ ਆ, ਉਹ ਮੇਰਾ ਕੋਈ ਦਿਮਾਗ ਨਹੀਂ ਹਿੱਲਿਆ, ਅੱਗੇ ਮੈਂ ਤੇਰਾ ਪਤਾ ਲੈਣ ਆਉਂਦੀ ਰਹਿਣੀ ਆ। ਭੈਣੇ ਮੇਰੀ ਗੱਲ ਸੁਣ, ਬੋਲੀ ਤੈਨੂੰ ਨਾ ਗਲਤ ਸ਼ੱਕ ਹੋ ਗਿਆ, ਪਹਿਲਾਂ ਤਾਂ ਬਹਿ ਜਾ ਮੈਂ ਪਾਣੀ ਲਿਆਉਣੀ। ਭੈਣੇ ਮੇਰੀ ਗੱਲ ਸੁਣ, ਜੇ ਮੈਂ ਕਰ ਲਈ ਨਾ ਪੰਚਾਇਤ ਇਕੱਠੀ ਤੇ ਨਾਲੇ ਪੰਚਾਇਤ ਚ ਤੁਹਾਡੀ ਬੇਇੱਜ਼ਤੀ ਹੋਊਗੀ, ਜੇ ਮੈਨੂੰ ਦੱਸਣਾ ਹੁਣ ਦੱਸ ਦੇ, ਉੱਥੇ ਵੇਖ ਇੰਨੇ ਜਾਣਿਆ ਮੂਰੇ ਵੀ ਮੰਨੇਗੀ ਤੇ ਹੁਣ ਮੰਨ ਪਾ, ਦੇ ਦੇ ਮੈਨੂੰ ਟੂਮਾ, ਮੈਂ ਤਾਂ ਟੂਮਾ ਲੈਣ ਆਈ ਆ। ਮੇਰੀ ਗੱਲ ਸੁਣੋ ਭਾਬੀ, ਕਿਤੇ ਤੁਸੀਂ ਰੱਖ ਕੇ ਅੰਦਰ ਹੀ ਘਰ ਹੀ ਹੋਣਗੇ ਤੁਹਾਡੇ, ਦੇਖ ਲਓ ਕਈ ਵਾਰੀ ਭੁਲੇਖਾ ਪੈ ਜਾਂਦਾ, ਉਹੀ ਗੱਲ ਨਾ ਵੀ ਆਪਣਾ ਕੰਮ ਹੀ ਇਹੋ ਜਿਹਾ ਹੁੰਦਾ, ਆਪਾਂ ਵੀ ਗਰੀਬ ਤੇ ਨਿਗਾਹ ਛੇਤੀ ਪਹੁੰਚ ਜਾਂਦੀ ਆ ਵੀ ਕਿਤੇ ਇਹਨੇ ਨਾ ਚੱਕ ਲਈ, ਹੁਣ ਇਹੋ ਜਿਹੀ ਕੋਈ ਗੱਲਬਾਤ ਨਹੀਂ, ਤੁਹਾਨੂੰ ਭੁਲੇਖਾ ਲੱਗ ਗਿਆ ਹੋਊਗਾ ਕਿਤੇ ਆਪਦੀ ਪੇਟੀ ਪੁੱਟੀ ਦੇਖ ਲਓ। ਭੁਲੇਖਾ ਤਾਂ ਲੱਗਦਾ, ਮੇਰੀ ਗੱਲ ਮੇਰੀ ਗੱਲ ਸੁਣ, ਜੇ ਤੈਨੂੰ ਐ ਲੱਗਦਾ ਮੈਂ ਚੋਰੀ ਕੀਤੀ ਆ, ਤੂੰ ਜਿੰਨੇ ਮਰਜ਼ੀ ਮੇਰੇ ਤੇ ਪਟੇ ਪਵਾ ਦੇ, ਪਰ ਮੇਰੇ ਮੂੰਹ ਚੋਂ ਜਦੋਂ ਮੈਂ ਟੂਮਾ ਨਹੀਂ ਚੱਕਿਆ ਤਾਂ ਨਾ ਹੀ ਨਿਕਲੂ, ਮੈਂ ਚੱਕਣ ਲਈ। ਤੈਨੂੰ ਐ ਹੋ ਗਿਆ ਵੀ ਇੰਨਾ ਸਿਉਣਾ ਇਕੱਠਾ ਮੈਂ ਲੈ ਜਾਂਦੀ ਆ ਤੇ ਤੈਨੂੰ ਹੁਣ ਚੀਜ਼ ਮੰਨਣੀ ਔਖੀ ਹੋ ਗਈ, ਤੂੰ ਮੰਨ ਪਾ ਹਜੇ ਵੀ ਭੈਣ ਮੇਰੇ, ਹੁਣ ਤਾਂ ਮੈਂ ਮਾੜੇ ਜੇ ਨਾਲ ਮੰਨ ਪੂੰਗੀ ਵੀ ਚੱਲ ਕੋਈ ਨਾ ਭਾਈ ਵੀ ਗਲਤੀ ਹੋ ਗਈ। ਉਹ ਅਸੀਂ ਨਹੀਂ ਚੱਕੀਆਂ, ਜੇ ਚੱਕੀਆਂ ਹੁੰਦੀਆਂ ਮੈਨੂੰ ਇਹਦੇ ਬਾਰੇ ਪਤਾ ਨਹੀਂ ਹੈਗਾ, ਤੇ ਮੇਰੇ ਕੋਲ ਆ ਕੇ ਬੈਠੇ ਕੰਮ ਸੇ ਕੰਮ ਮੈਨੂੰ ਤਾਂ ਕਹਿੰਦੀ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਭਾਬੀ, ਤੂੰ ਇੱਕ ਵਾਰੀ ਆਪਦਾ ਘਰ ਫਰੋਲ ਲਾ ਠੰਡੇ ਦਿਮਾਗ ਨਾਲ ਜਾ ਕੇ, ਕਈ ਵਾਰੀ ਬੰਦਾ ਘਬਰਾ ਜਾਂਦਾ ਹੁੰਦਾ, ਲੱਭ ਜਾਣਗੇ ਘਰੋਂ ਹੀ ਲੱਭ ਜਾਣਗੇ। ਸਹੀ ਗੱਲ ਹੈ ਭੈਣ, ਸਾਡੇ ਇੱਕ ਹੀ ਕਮਰਾ ਰੱਖਣ ਨੂੰ ਜਿਹ ਚ ਅਸੀਂ ਆਹ ਸਮਾਨ ਸਾਂਭਦੇ ਹੁੰਦੇ ਆ, ਹੁਣ ਮੈਨੂੰ ਵੀ ਇੰਨਾ ਪਤਾ ਹੀ ਹੈ, ਮੈਂ ਪਰਸੋਂ ਤਾਂ ਚੀਜ਼ਾਂ ਸਾਂਭ ਕੇ ਹਟੀ ਆ। ਚੱਲ ਕੋਈ ਨਾ, ਤੁਸੀਂ ਇੱਕ ਵਾਰੀ ਦੇਖ ਲਓ ਜੇ ਮਿਲ ਗਈਆਂ ਠੀਕ ਹੈ। ਕੋਈ ਨਾ ਭਾਈ, ਹੁਣ ਬੰਟੂ ਮੇਰੀ ਗੱਲ ਸੁਣ, ਹੁਣ ਸਿੱਧਾ ਤੁਹਾਨੂੰ ਫੋਨ ਆਊਗਾ ਭਾਈ ਵੀ ਆਪਦਾ ਦੋਨੋਂ ਜੀ ਆ ਜਿਓ ਜੇ ਤੁਸੀਂ ਨਹੀਂ ਮੰਨਦੇ। ਲੈ ਹੱਦ ਹੋ ਗਈ ਆ। ਲੈ ਮੈਂ ਤਾਂ ਜੀ ਸੱਚੀ ਪੇਟੀ ਦੀ ਅਲਮਾਰੀ ਦਾ ਕੱਪੜਾ ਤਾਂ ਜ਼ਰੂਰ ਝਾੜ ਕੇ ਵਿਛਾਇਆ, ਪਰ ਟੂਮਾ ਤਾਂ ਮੈਨੂੰ ਪਤਾ ਹੀ ਨਹੀਂ ਹੈਗੀ ਇਹਨਾਂ ਦੇ ਕਿੱਥੇ ਪਈਆਂ, ਮੇਰੇ ਤੇ ਡਲ ਜਾਮ ਲਾਈ ਜਾਂਦੀ ਆ, ਜੇ ਆ ਤੁਸੀਂ ਨਾ ਸੱਚੀ ਗਾਂ ਜੀ ਵੜਦੀ ਨਾ ਤਾਂ ਐਡੀ ਗੱਲ ਹੀ ਨਾ ਹੁੰਦੀ, ਕਿਉਂਕਿ ਮੈਂ ਉੱਥੇ ਖੜੀ ਰਹਿਣਾ ਸੀ ਤਾਂ ਉਹਦੇ ਸਾਹਮਣੇ ਖਾਲੀ ਹੱਥ ਆਉਂਦੀ ਘਰੋਂ ਤੁਹਾਡੇ ਸਾਹਮਣੇ। ਉਹ ਮੈਨੂੰ ਕੀ ਪਤਾ ਵੀ ਆ ਜੱਗੋ 13ਵੀਂ ਹੋ ਜੂਗੀ, ਹੁਣ ਮੈਨੂੰ ਕੀ ਸੁਪਨਾ ਆਉਂਦਾ ਸੀਗਾ, ਉਹਦਾ ਜਵਾਕ ਉੱਥੇ ਖੜਾ ਸੀ, ਉਹ ਕਹਿੰਦਾ ਮੈਂ ਚਾਚੀ ਨੂੰ ਬੁਲਾ ਲਿਆ, ਮੈਂ ਕਿਹਾ ਜੇ ਤੂੰ ਬੁਲਾ ਲਿਆ ਉਧਰੋਂ ਜਾ ਕੇ। ਮੈਂ ਤਾਂ ਇਹ ਕਹਿੰਦੀ ਆ ਹੇ ਰੱਬਾ ਕਿੱਡਾ ਇਲਜ਼ਾਮ ਲਵਾਈ ਜਾਂਦਾ ਸਾਡੇ ਤੇ, ਮੈਂ ਤਾਂ ਟੂਮਾ ਚੱਕਿਆ ਵੀ ਨਹੀਂ, ਪਰ ਜੀ ਮੈਨੂੰ ਐਂ ਡਰ ਵੀ ਲੱਗਦਾ ਜੇ ਇਹਨਾਂ ਦੀਆਂ ਟੂਮਾਂ ਨਾ ਮਿਲੀਆਂ ਨਾ ਆਪਣੇ ਤੇ ਕੇਸ ਕੂਸ ਕਰਤਾ, ਸਾਰੇ ਪਿੰਡ 'ਚ ਥੂ ਥੂ ਹੋ ਜੂਗੀ, ਮੂੰਹ ਦਿਖਾਉਣ ਜੋਗੇ ਨਹੀਂ ਰਹਿਣੇ ਆਪਾਂ, ਨਾਲੇ ਚੋਰੀ ਨਹੀਂ ਕੀਤੀ ਨਾਲੇ ਐਡਾ ਵੱਡਾ ਕਲੰਕ ਲੱਗ ਜਾਣਾ ਆਪਣੇ ਤੇ। ਚੱਲ ਕੋਈ ਨਾ, ਫਿਕਰ ਨਾ ਕਰ, ਉਹੀ ਕਹਿੰਦੇ ਹੁੰਦੇ ਜੇ ਗਰੀਬ ਦਾ ਕੋਈ ਨਹੀਂ ਹੁੰਦਾ ਨਾ, ਗਰੀਬ ਦਾ ਰੱਬ ਹੁੰਦਾ, ਆਪ ਹੀ ਸੁਣ ਲੂਗਾ। ਨਹੀਂ ਜੀ ਮੈਂ ਤਾਂ ਨਹੀਂ ਮੰਨਦੀ ਹੈਗੀ ਵੀ ਗਰੀਬਾਂ ਦਾ ਰੱਬ ਹੁੰਦਾ, ਗਰੀਬਾਂ ਦਾ ਤਾਂ ਰੱਬ ਵੀ ਨਹੀਂ ਹੁੰਦਾ, ਕਿਉਂਕਿ ਕੋਈ ਨਹੀਂ ਕਿਸੇ ਦੀ ਸੁਣਦਾ, ਆਪਣੇ ਕੋਲ ਕੋਈ ਸਬੂਤ ਨਹੀਂ ਹੈਗਾ ਵੀ ਮੈਂ ਚੋਰੀ ਨਹੀਂ ਕੀਤੀ, ਹਾਂ ਇੱਕ ਮੈਂ ਭੱਜ ਕੇ ਵੀ ਸੱਚੀ ਆਈ ਹਾਂ ਉੱਥੋਂ, ਤਾਂ ਸ਼ੱਕ ਸੱਚੀ ਮੇਰੇ ਤੇ ਜਾਂਦਾ। ਚੱਲ ਕੋਈ ਨਾ, ਹੁਣ ਇਕੱਠ ਕਰਨਗੇ, ਦੇਖ ਲਾਂਗੇ ਜਿਹੜਾ ਕੁਛ ਪੰਚਾਇਤ 'ਚ ਨਿਬੜਦਾ ਉਹੋ ਜਿਹਾ ਮੰਨ ਲਾਂਗੇ, ਭਾਈ ਹੁਣ ਪੰਚਾਇਤ ਦੀ ਤਾਂ ਮੰਨਣੀ ਪਊਗੀ, ਕਰ ਵੀ ਕੀ ਸਕਦੇ ਆ। ਸੋਚੀ ਤਾਂ ਕੀ ਜਾਂਦੇ ਸੀ ਵੀ ਦਵਾਈ ਲੈਣ ਜਾਣਾ ਤੇ ਹੁਣ ਜਾਣਾ ਉਹਨਾਂ ਦੇ ਘਰੇ ਪੈਣਾ, ਚੱਲ ਆ ਜਾਓ ਫਿਰ, ਮੈਂ ਤਾਂ ਨਾ ਸੱਚੀ ਹੁਣ ਆਈ ਸੀ ਚਾਹ ਬਣਾ ਕੇ ਪੀਊਂਗੀ, ਘਰੇ ਆ ਕੇ ਮੈਂ ਥੱਕੀ ਆਈ ਸੀ, ਹੁਣ ਚਾਹ ਨੂੰ ਵੀ ਜੀ ਨਹੀਂ ਕਰਦਾ, ਉਹਨੇ ਬੰਦੇ ਇਕੱਠੇ ਕਰ ਲੈਣੇ ਆ, ਆ ਜਾ ਤੂੰ ਪਹਿਲਾਂ ਆਪਾਂ ਹੈਪੀ ਵੀਰ ਨਾਲ ਨਾ ਜਾ ਕੇ ਗੱਲ ਕਰੀਏ। ਨਹੀਂ ਨਹੀਂ ਹੁਣ ਜਦੋਂ ਉਹ ਸੱਦਣਗੇ ਨਾ ਉਹਦੀ ਘਰੇ ਜਾਵਾਂਗੇ, ਬਸ ਰਹਿਣ ਦੇ ਦਵਾਈ ਦੀ ਵੀ ਕੋਈ ਲੋੜ ਨਹੀਂ ਹੈਗੀ, ਹੁਣ ਜਿਹੜਾ ਕੁਛ ਹੋਊਗਾ ਦੇਖੀ ਜਾਊਗੀ। ਬਾਏ ਆ ਟੇਕ ਕੇਅਰ। ਠੀਕ ਹੈ ਜੀ। ਸਾਰੇ ਬਾਰ ਖੁੱਲੇ ਪਏ, ਨਾ ਤਾਂ ਬਾਰਲਾ ਖੁੱਲਿਆ ਪੈਣਾ ਆ, ਬਾਰ ਖੁੱਲਾ ਪਿਆ, ਕੋਈ ਨਹੀਂ ਘਰੇ, ਪਤਾ ਨਹੀਂ ਕਿੱਧਰ ਗਏ, ਉਧਰੋਂ ਉਹ ਨਹੀਂ ਖੇਤ ਖੜਦਾ ਇਹਦਾ ਭਰਾ ਆ,
ਇਧਰੋਂ ਇਹ ਨੀ ਘਰੇ ਖੜਦੀ, ਪਤਾ ਨੀ ਕਿੱਧਰ ਮਰੀ ਹੈ, ਨਾ ਕੋਈ ਦੀਂਦੀ ਹੈ ਨਾ ਕਰਦੀ ਹੈ, ਸਾਰੇ ਗੇਟ ਖੁੱਲੇ ਛੱਡ ਕੇ ਤੁਰੀ ਫਿਰਦੀ ਹੈ। ਕਹਿੰਦਾ ਕੁਛ ਹੋ ਗਿਆ, ਕੀ ਹੋ ਜੂ, ਪਤਾ ਨੀ ਕੀ ਕਰੀ ਜਾਂਦੇ ਰਹਿੰਦੇ, ਨਾ ਕੋਈ ਟੀਕ ਦੇ ਹਾ ਆਉਂਦੀ ਹੈ ਤੁਰੀ। ਨਾ ਤੂੰ ਗਈ ਕਿੱਥੇ ਸੀ, ਸਾਰੇ ਦਾ ਬਾਰ ਖੁੱਲੇ ਪਏ, ਪਹਿਲਾਂ ਦਸ ਮਿੰਟ ਤੇਰਾ ਭਰਾ ਕਿੱਧਰ ਗਿਆ? ਭਰਾ ਤਾਂ ਮੇਰਾ ਗਿਆ, ਮੈਂ ਤਾਂ ਉੱਜੜੀ ਸੀ, ਉਹ ਅੱਗ ਲੈਣੀ ਨਾ ਟੂਮਾ ਲੈ ਕੇ ਭੱਜ ਗਈ। ਕੌਣ ਟੂਮਾ ਲੈ ਕੇ ਭੱਜ ਗਈ? ਮੀਤ ਮੇਰੇ ਤਾਂ ਦਸ ਤੋਲੇ ਸੀ, ਉਹ ਵੀ ਲੈ ਕੇ ਨਾਲ ਹੀ ਮਰ ਗਈ, ਹੁਣ ਡੁੱਬ ਗਈ ਉਹਦੇ ਮਗਰ, ਉੱਜੜੀ ਸੀ ਮੈਂ। ਪਰ ਤੂੰ ਅੱਖੀ ਦੇਖਿਆ ਵੀ ਇਲਜ਼ਾਮ ਲਾਈ ਜਾਂਦੀ ਅਗਲੇ ਤੇ? ਅੱਜ ਤੜਕੀ ਉਹਨੇ ਚਾਦਰਾਂ ਵਛਾਈਆਂ ਉੱਤੇ। ਚਾਦਰਾਂ ਲਪੇਟ ਕੇ ਲੈ ਗਈ, ਚਾਦਰ ਨਾਲ ਦੇਖੀ ਜੀ? ਫਿਰ ਮੇਰੀ ਗੱਲ ਸੁਣ, ਮੈਂ ਅੱਜ ਉਹਨੂੰ ਆਖਿਆ ਵੀ ਭਾਈ ਆਪਦੇ ਟੌਪਸ ਲੈ ਜਾ, ਕਹਿੰਦੀ ਦੀਦੀ ਕੋਈ ਨਾ ਇੱਥੇ ਹੀ ਪਏ ਰਹਿਣ ਦੇ, ਮੈਂ ਕਿਹਾ ਕੋਈ ਨਾ ਖੜ ਪਾਈ ਵੀ ਮੈਂ, ਤੂੰ ਆਪਦੇ ਟੌਪਸ ਲੈ ਜਾ, ਫਿਰ ਖੜੀ ਨੀ ਇੱਥੋਂ ਉੱਡ ਲਈ। ਉਹ ਤੂੰ ਮੇਰੀ ਗੱਲ ਤਾਂ ਸੁਣ ਲੈ, ਉਹਦੇ ਅੱਧੇ ਤੋਲੇ ਦੇ ਸਿਉਣਾ ਮਣ ਕੇ ਟੌਪਸ ਆ ਤੇਰੇ, ਭਾਵੇਂ 10 ਤੋਲੇ ਆ, ਉਹ 10 ਕਿਉਂ ਲੈ ਕੇ ਜਾਊ? ਤੇ ਟੌਪਸ ਲਊਗੀ ਤਾਂ ਤੂੰ ਹੱਥ ਕੇ ਮੰਗ ਕੇ ਲਊਗੀ, ਉਹ ਇੰਨਾ ਵੱਡੀ ਚੋਰੀ ਕਿਉਂ ਕਰੂਗੀ? ਵੇਖ ਕੇ ਨਾ ਦਿਲ ਬੇਈਮਾਨ ਹੋ ਜਾਂਦਾ ਹੁੰਦਾ ਤੈਨੂੰ ਤਾਂ ਆਹੀ ਗੱਲ, ਤੂੰ ਤਾਂ ਨਾ ਜੇ ਮੈਂ ਕੋਈ ਗੱਲ ਕਹਿਣੀ ਹੈ ਤੈਨੂੰ ਤਾਂ ਐ ਲੱਗਦਾ ਵੀ ਮੀਤ ਨੂੰ ਜਾਣ ਕੇ। ਉਹ ਤੂੰ ਤਾਂ ਬਗੈਰ ਮਤਲਬ ਦੇ ਚੋਰੀਆਂ ਦਾ ਇਲਜ਼ਾਮ ਲਾਈ ਜਾਂਦੀ ਹੈ, ਪਹਿਲਾਂ ਮੈਨੂੰ ਦੱਸ ਤੇਰਾ ਭਰਾ ਕਿੱਥੇ ਸੀ? ਉਹ ਤਾਂ ਜਾ ਵੜਿਆ ਸੀ, ਜਾਣ ਨੂੰ ਪਤਾ ਹੀ ਆ। ਪਤਾ ਕਹਿੰਦਾ ਮੈਨੂੰ ਬਾਈ ਭੱਜ ਕੇ ਪੈਂਦਾ, ਮੈਂ ਕਿਹਾ ਭਾਈ ਪੈ ਗਿਆ ਹੋਊਗਾ, ਕੀ ਭਰੋਸਾ ਤੇਰੇ ਬਾਈ ਦਾ, ਤੈਨੂੰ ਤਾਂ ਮੈਂ ਕਿਹਾ ਵੇਹ ਕੜਾਵ ਨੂੰ ਲੈਂਦਾ। ਉਹ ਐਵੇਂ ਇਲਜ਼ਾਮ ਲਾਉਂਦਾ ਜਿੱਦਾਂ ਤੇਰੇ ਅੱਖੀ ਦੇਖਿਆ ਤੂੰ ਤਾਂ ਦੱਸ, ਨਹੀਂ ਕੋਈ ਲੋੜ ਨੀ, ਐਵੇਂ ਬੇਫਾਲਤੂ ਐਵੇਂ ਗੱਲਾਂ ਕਰਨ ਦਾ ਕੋਈ ਦਮ ਨੀ ਹੁੰਦਾ। ਕਹਿੰਦਾ ਮੇਰੀ ਗੱਲ ਸੁਣ, ਤੈਨੂੰ 2 ਦਿਨ ਉਹਨੇ ਦਾਲ ਕੀ ਚੱਜ ਦੀ ਖਵਾਤੀ, ਉਹਦੀ ਜਾੜ ਚ ਬੋਲਣ ਲੱਗ ਗਿਆ, ਤੈਨੂੰ ਤਾਂ ਹੁਣ ਮੀਤ ਚੰਗੀ ਲੱਗਣ ਲੱਗ ਗਈ, ਮੇਰੀਆਂ ਗੱਲਾਂ ਤਾਂ ਤੈਨੂੰ ਚੰਗੀਆਂ ਨੀ ਲੱਗਦੀਆਂ। ਉਹ ਤੂੰ ਪੁੱਠੇ ਪਾਸੇ ਗੱਲ ਲੈ ਕੇ ਨਹੀਂ ਨਾ, ਭੈਣਾਂ ਵਰਗੀ ਮੇਰੀ ਲੱਗਦੀ ਆ ਉਹ, ਚੱਲ ਕੋਈ ਹੁਣ ਲੱਗਦੀ ਆਪਣੀ ਦਰਾਣੀ ਜਾਣੀ, ਇਹ ਮਤਲਬ ਇਹ ਥੋੜੀ ਹੁੰਦਾ ਵੀ ਕੋਈ ਬੰਦਾ ਗਲਤ ਸੋਚੇ, ਉਹ ਤਾਂ ਪੁੱਠੀ ਗੱਲ ਸੋਚਦੀ ਹੈ। ਪਤਾ ਨੀ ਤੇਰੇ ਦਾ ਖਬਰ ਕੀ ਸਿਰ ਚ ਘੋਲ ਕੇ ਪਾਤਾ, ਪਹਿਲਾਂ ਤੂੰ ਮੇਰੇ ਭਰਾ ਦੇ ਮਗਰ ਪੈ ਗਿਆ, ਉਹਦਾ ਵਿਚਾਰਾ ਖਣੀ ਕਿਵੇਂ 2 ਦਿਨ ਆ ਗਿਆ, ਨਾਲੇ ਮੇਰਾ ਭਰਾ ਚੋਰੀਆਂ ਨੀ ਕਰਨ ਆਇਆ, ਇੱਥੇ ਚੋਰੀ ਕਰਨ ਨੂੰ ਆਹ ਤੇਰਾ ਹੀ ਵੱਡਾ ਘਰ ਪਿਆ। ਚਲੋ ਬਾਈ, ਬੰਦਾ ਪੈਸੇ ਮੰਗੀ ਜਾਂਦਾ ਤੇ ਕੁਛ ਵੀ ਕਰ ਸਕਦਾ, ਤੂੰ ਅਗਲੇ ਤੇ ਇਲਜ਼ਾਮ ਕਿਵੇਂ ਲਾ ਸਕਦੇ? ਜੇ ਅਗਲੇ ਨੇ ਤੂੰ ਅੱਖੀ ਦੇਖਿਆ ਤੂੰ ਤਾਂ ਦੱਸ, ਤੂੰ ਗਾਂ ਹੋਰ ਹੀ ਵਧੀਆ ਨਹੀਂ ਪੁੱਠੇ ਛਿੱਤਰ ਮੈਨੂੰ। ਠਿੱਬੇ ਛਿੱਤਰ ਵੱਲੋਂ ਹੁੰਦਾ, ਨਾਲੇ ਪੁੱਠਾ ਛਿੱਤਰ ਨੀ ਹੁੰਦਾ, ਤੂੰ ਤਾਂ ਨਾ ਮੇਰੇ ਭਰਾ ਦੇ ਮਗਰ ਇਹੋ ਜਿਹਾ ਪਿਆ, ਤੈਨੂੰ ਤਾਂ ਨਾ ਬੋਲਣ ਦਾ ਵੀ ਨੀ ਪਤਾ ਵੀ ਮੈਂ ਮੂੰਹ ਚੋਂ ਕੀ ਕੱਢੀ ਜਾਂਦਾ। ਭਰਾ ਭਰਾ ਲਾ ਰੱਖੀ ਆ ਬਸ, ਹੋਰ ਕੋਈ ਗੱਲ ਨੀ, ਬਸ ਤੂੰ ਸਾਰਾ ਦਿਨ ਨਾਲੇ। ਵੈਸੇ ਤੈਨੂੰ ਇੱਕ ਗੱਲ ਹੋਰ ਕਹਿਦਾ ਵੀ ਜੇ ਤੂੰ ਜਾਣਾ ਸਰਪੰਚ ਕੋਲੇ ਜਾ ਤੇ ਨਾਲੇ ਭਾਈ ਪੰਚਾਇਤ ਇਕੱਠੀ ਕਰ। ਮੱਥੋਂ ਨੀ ਪੰਚਾਇਤ ਇਕੱਠੀ ਹੁੰਦੀ, ਮੈਂ ਅਗਲੇ ਦੇ ਕੋਈ ਮੰਨ ਕੇ ਚੱਲ, ਕੋਈ ਅਗਲੇ ਦਾ ਕੋਈ ਦੇਖਿਆ ਨੀ ਕਰਿਆ ਨੀ, ਐਵੇਂ ਸਰੀਕੇ ਕਿਬਲੇ ਦੇ ਨੱਕ ਵਢਾਈ ਚੱਲਾਂ, ਕੱਲ ਨੂੰ ਕੋਈ ਗੱਲਬਾਤ ਹੋਵੇ ਨਾ ਹੋਵੇ ਤੈਨੂੰ ਪੱਕਾ ਪਤਾ ਵੀ ਉਹਨੇ ਚੋਰੀ ਕਰੀ ਹੈ ਮਿੱਤਰ। ਸਾਲ ਹੋ ਗਏ ਮੈਨੂੰ ਤੇਰੇ ਘਰੇ ਆਈ ਨੂੰ ਤੇ ਤੈਨੂੰ ਹਜੇ ਮੇਰੇ ਤੇ ਯਕੀਨ ਨੀ, ਮੈਂ ਤਾਂ 5 ਪੈਸੇ ਨੀ ਉਧਰ ਕਿਤੇ ਜਾਣ ਦਿੱਤੇ, ਤੂੰ ਹਜੇ ਮੇਰੇ ਤੇ ਇਲਜ਼ਾਮ ਲਾਉਣਾ। ਮੈਂ ਤਾਂ ਵੇਖ ਜੇ ਮੇਰੇ ਕੋਲੇ ਪੈਸੇ ਹੁੰਦੇ ਮੈਂ ਚੁੱਪ ਕਰਕੇ ਵੀ ਆਪਦੇ ਭਰਾ ਨੂੰ ਦੇ ਦਿੰਦੀ, ਪਰ ਮੈਨੂੰ ਆਏ ਸੀ ਵੀ ਮੇਰੇ ਕੋਲੇ ਤਾਂ ਭਾਈ ਪੈਸੇ ਹੈ ਨੀ ਵੀ ਤੂੰ ਆਪਦੇ ਬਾਈ ਤੋਂ ਹੀ ਲੈ ਕੇ ਜਾਈ, ਜੇ ਤੈਥੋਂ ਲੈ ਕੇ ਜਾਂਦਾ ਤਾਂ ਤੈਨੂੰ ਮੋੜਦਾ ਵੀ, ਮੇਰੇ ਕੋਲੋਂ ਲੈ ਕੇ ਜਾਂਦਾ ਤਾਂ ਮੈਨੂੰ ਕਿੱਥੋਂ ਮੋੜਦਾ? ਉਹ ਕੀ ਪਤਾ ਕੀ ਚੰਦ ਚੜਾਇਆ ਹੋਊ ਉਹਨੇ, ਤੁਹਾਨੂੰ ਦੱਸਤਾ ਵੀ ਮੀਤ ਨੇ ਚੋਰੀ ਨੀ ਕਰੀ, ਐਵੇਂ ਕਿਉਂ ਕਰੀ? ਸਫਾਈਆਂ ਜੀਆਂ ਨਾ ਦੇ, ਹਜੇ ਤੇਰਾ ਸਾਲਾ ਤੈਨੂੰ ਦੂਰ ਹੋ ਗਿਆ, ਉਹ ਬਗਾਨੀ ਤੈਨੂੰ ਚੰਗੀ ਹੋ ਗਈ। ਯਾਰ ਮੈਂ ਤਾਂ ਨਾ ਪੰਚਾਇਤ ਇਕੱਠੀ ਕਰਾਂ ਨਾ ਕਿਸੇ ਹੋਰ ਨੂੰ ਬੁਲਾਵਾਂ, ਚੁੱਪ ਕਰਕੇ ਜੇ ਇਹ ਕੋਈ ਨਿਬੜਦਾ ਤਾਂ ਨਿਬੇੜ ਲਾ, ਜੇ ਨਹੀਂ ਮੈਂ ਉਹ ਕਰਨਾ, ਮੈਂ ਮੈਨੂੰ ਪੱਕਾ ਪਤਾ ਵੀ ਉਹਨਾਂ ਨੇ ਚੋਰੀ ਨੀ ਕਰੀ, ਉਹ ਇੰਨਾ ਜਿਹੜਾ ਆਪਣੇ ਨਾਲ ਵਰਤਦੇ ਬਤਾਉਂਦੇ ਹੋਗੇ। ਤੇਰਾ ਸਿਰ ਚ ਕੀ ਘੋਲ ਕੇ ਪਾਇਆ ਜਿਹੜਾ ਤੂੰ ਉਹਨਾਂ ਨੂੰ ਨਿੰਦਣ ਨਹੀਂ ਦਿੰਦਾ? ਉਹ ਨਿੰਦਣਾ ਇਹ ਕੋਈ ਗੱਲ ਨਹੀਂ ਨਾ, ਉਹ ਤਾਂ ਵਰਤ ਵਰਤਾਵਾ ਕਰਦੇ ਹੋ, ਜੇ ਤੇਰੇ ਘਰੇ ਆ ਕੇ 4 ਦਿਨ ਕੰਮ ਕਰਾ ਗਈ ਉਹ, ਇਹਦਾ ਮਤਲਬ ਤੇਰੇ ਘਰੋਂ ਚੋਰੀ ਕਰਕੇ ਲੈ ਗਈ ਉਹ।
ਮੇਰਾ ਤਾਂ ਦੌਰੇ ਪੈਣ ਵਾਲੇ ਹੋਏ ਪਿਆ, ਮੇਰੇ ਤਾਂ 4-5 ਲੱਖ ਰੁਪਏ ਦਾ ਨੁਕਸਾਨ, ਤੇਰਾ ਹੋਗਾ ਨੁਕਸਾਨ 4-5 ਲੱਖ ਦਾ। ਮੇਰੀ ਗੱਲ ਸੁਣ ਲੈ, ਮੈਂ ਤਾਂ ਆਪਦੇ ਬਾਪੂ ਨੂੰ ਫੋਨ ਕਰਕੇ ਸੱਦੀ ਆ, ਤੇ ਫੇਰ ਨਾ ਮੈਨੂੰ ਕਹੀ। ਕੱਲੇ ਬਾਪੂ ਨੂੰ ਸੱਦੀ, ਪ੍ਰਗਟ ਨੂੰ ਵੀ ਸੱਦ ਲਈ, ਫੇਰ ਹੀ ਪਤਾ ਲੱਗੂਗਾ। ਸੱਦ ਲੂ ਮੇਰਾ ਪਤਾ ਤਾਂ ਪਤਾ ਹੀ ਆ ਮੈਨੂੰ, ਸੱਚਾ ਹੋਊਗਾ ਜੋ ਉਹਦਾ ਪਤਾ ਲੱਗ ਜੂ ਸੱਚਾ ਤੁਹਾਨੂੰ ਇਹਦੇ ਸੱਚਾ। 4 ਦਿਨ ਕੀ ਰੋਟੀਆਂ ਖਵਾਤੀਆਂ, ਉਹਦੀ ਜਾੜ ਚ ਹੀ ਬੋਲਣ ਲੱਗ ਗਿਆ ਵੀ ਅੱਛਾ ਤੇਰਾ ਸਾਲਾ ਤੈਨੂੰ ਦੂਰ ਹੋ ਗਿਆ ਤੇ ਮੀਤ ਤੈਨੂੰ ਨੇੜੇ ਹੋ ਗਈ। ਵੀ ਉਹਦਾ ਮੀਤ ਦਾ ਕੀ ਭਰੋਸਾ, ਦੇਖ ਕੇ ਚੀਜ਼ ਡੁੱਲ ਗਈ ਹੋਵੇ ਵੀ ਇੰਨਾ ਕੁਛ ਹੈ, ਵੀ ਜੇ ਮਾੜੀ ਮੋਟੀ ਚੀਜ਼ ਘੱਟ ਜੂਗੀ ਵੀ ਭੈਣ ਨੂੰ ਕਿਹੜਾ ਕੋਈ ਫਰਕ ਪੈਂਦਾ। ਕਿਉਂ ਭੈਣ ਨੂੰ ਫਰਕ ਕਿਉਂ ਨਹੀਂ ਪੈਂਦਾ ਭਾਈ, ਮਸਾਂ ਬਣਾਈਆਂ ਚੀਜ਼ਾਂ, ਮੈਨੂੰ ਪਤਾ ਨਾ ਖੂਨ ਪਸੀਨੇ ਦੀ ਕਮਾਈ ਹੈ। ਉਹਦੇ ਭਾਜੀ ਤਾਂ ਮਿੰਟਾਂ 'ਚ ਲੈ ਕੇ ਉੱਡ ਗਈ, ਕੋਈ ਨਾ ਮੈਂ ਵੀ ਕਰਦੀ ਹਾਂ ਆਪਦੇ ਬਾਪੂ ਨੂੰ ਫੋਨ ਜਾ ਕੇ। ਇਸ ਵਾਰੀ ਦੇ ਖਰਚਿਆਂ ਜੋਗਾ ਤਾਂ ਹੋ ਗਿਆ, ਜਿਹੜੇ ਰਹਿ ਗਏ ਹੁਣ ਆਹ 2 ਕੁ ਟੋਕਸ ਜੀ, ਇਹਨਾਂ ਤੋਂ ਕੰਮ ਆਪਾਂ ਉਦੋਂ ਲਵਾਂਗੇ ਜਦੋਂ ਰੁਪਈਏ ਖਤਮ ਹੋ ਗਏ। ਕਿਹੜਾ ਹੁਣ ਆਪਾਂ ਇਹਨਾਂ ਨੂੰ ਰੱਖਦੇ ਇੱਥੇ ਸਾਂਭ ਕੇ, ਇੱਥੇ ਕਿਹੜਾ ਕਿਸੇ ਨੇ ਚੱਕਣੇ ਨੇ, ਬਾਕੀ ਨਾ ਆਪਾਂ ਨੂੰ ਬਾਪੂ ਨੇ ਪੁੱਛਣਾ ਹੈਗਾ। ਆਪਾਂ ਤਾਂ ਹੁਣ ਮਨਾਲੀ ਕਿਹਨ ਨਹੀਂ ਚੱਲਦੇ ਘੁੰਮਣ, ਇੱਕ ਅੱਧੇ ਨੂੰ ਕਰ ਦਿੰਦਾ ਫੋਨ ਨਾ। ਭਾਈ ਕੀ ਕਰੀ ਜਾਣਾ, ਕੁਛ ਨਹੀਂ ਬਾਪੂ, ਮੈਂ ਕੀ ਕਰਨਾ, ਸਾਰਾ ਦਿਨ ਮਨ ਮਨੋ ਕੋਈ ਕੰਮ ਕੁੰਮ ਨਾ ਤਪਾ ਲੈ ਕਰਦਾ, ਸਾਰਾ ਦਿਨ ਬਾਹਰ ਹੀ ਤੁਰਿਆ ਫਿਰਦਾ ਰਹਿੰਦਾ, ਮੈਨੂੰ ਤੇਰੀ ਸਮਝ ਨਹੀਂ ਆਉਂਦੀ ਕਰਦੀ ਵੀ ਕਰਦਾ ਕੀ ਫਿਰਦਾ ਰਹਿੰਦਾ ਤੂੰ। ਕੰਮ ਤਾਂ ਦੇਖ ਬਾਪੂ ਹੁਣ ਤਾਂ ਨਿਬੜ ਗਿਆ, ਝੋਨੇ ਨੂੰ ਪਾਣੀ ਪੂਣੀ ਕਿਹੜਾ ਲਾਤਾ, ਰੇਹ ਪੂਰੀ ਕਰਤੀ, ਹੁਣ ਤਾਂ ਮੈਂ ਚੱਲਿਆ ਮਨਾਲੀ ਘੁੰਮਣ। ਲੈ ਮਨਾਲੀ ਘੁੰਮਣ ਚੱਲਿਆ, ਮੈਨੂੰ ਤੇਰੀ ਸਮਝ ਨਹੀਂ ਆਉਂਦਾ, ਦਿਮਾਗ ਗੱਲ ਹੈ ਕਿਹਦੇ, ਝੋਨੇ ਨੂੰ ਤੂੰ ਪਹਿਲਾਂ ਸਮਝੇ, ਝੋਨੇ ਸਾਰਾ ਕੁਝ ਕਰਨ ਲੱਗ ਝੋਨੇ ਦਾ, ਬਾਕੀ ਪੈਸੇ ਕਿੱਥੋਂ ਲਿਆਵਾਂਗਾ ਤੂੰ, ਮਨਾਲੀ ਘੁੰਮਣ ਚੱਲੇ। ਉਹ ਪੈਸੇ ਮੈਂ ਥੋੜ੍ਹੀ ਲਾਊਂਗਾ, ਮੇਰੇ ਯਾਰ ਦੋਸਤ ਲਾਉਣਗੇ ਪੈਸੇ ਤਾਂ। ਅੱਛਾ ਤੇਰੇ ਯਾਰ ਦੋਸਤ ਤੇਰੇ ਵਾਸਤੇ ਪੈਸੇ ਸਾਂਭ ਕੇ ਰੱਖੇ ਨਾ, ਉਹ ਮੇਰੇ ਵਾਸਤੇ ਸਾਂਭ ਕੇ ਨਹੀਂ ਰੱਖੇ, ਉਹ ਤਾਂ ਆਏ ਸਾਲੀ ਜਾਂਦੇ ਹੁੰਦੇ ਆ ਯਾਰ, ਪਹਿਲਾਂ ਮੈਂ ਤੇਰੇ ਤੋਂ ਕਿੱਦੇ ਮੰਗੇ ਨੇ ਰੁਪਈਆ, ਆਏ ਵਾਰੀ ਉਹੀ ਲਾਉਂਦੇ ਨੇ, ਐਤ ਕੀ ਕਿਹੜਾ ਨਵੇਂ ਲਾਉਣਗੇ ਉਹ ਕੋਈ। ਓਏ ਆਪਦਾ ਸਿੱਧਾ ਹੋ ਕੇ ਕੰਮ ਕਰ ਲੈ, ਮੈਨੂੰ ਤੇਰੇ ਲੱਛਣ ਠੀਕ ਨਹੀਂ ਦੇ ਭਾਈ, ਇਹ ਕੰਮ ਨਹੀਂ ਲੋਟਣੀਆਂ ਕਹਾਣੀਆਂ, ਇਹ ਮਦਾਰੀ ਕਦਾਰੀ ਘੁੰਮਣ ਦੀਆਂ। ਉਹ ਜਦੋਂ ਬਾਪੂ ਯਾਰ 5-4 ਦਿਨਾਂ ਤੱਕ ਆ ਗਿਆ ਫੇਰ ਕਰ ਲੂੰਗਾ ਯਾਰ, ਇੱਥੇ ਕਰ ਲੈਂਦੀ ਨਾਲੇ ਆਹੀ ਤਾਂ ਉਮਰ ਹੁੰਦੀ ਹੈ ਘੁੰਮਣ ਫਿਰਨ ਦੀ, ਇਸ ਤੋਂ ਬਾਅਦ ਹੁਣ ਤੇਰੇ ਵਾਲੀ ਉਮਰ 'ਚ ਉੱਥੇ ਮੈਂ ਪਹਾੜਾਂ 'ਤੇ ਥੋੜ੍ਹੀ ਜਾ ਕੇ ਚੜ ਜੂੰਗਾ, ਤੂੰ ਤਾਂ ਉਹੀ ਜਵਾਕਾਂ ਵਾਲੀਆਂ ਗੱਲਾਂ ਕਰਨ ਲੱਗ ਜਾਣਾ। ਮੈਨੂੰ ਲੱਗਦਾ ਇਹਦਾ ਦਿਮਾਗ ਹੱਲਿਆ ਯਾਰ, ਕਰੀ ਕੀ ਜਾਂਦਾ, ਮੈਨੂੰ ਤਾਂ ਸਮਝ ਨਹੀਂ ਤੇਰੀ, ਨਾ ਆਹੀ ਉਮਰ ਹੁੰਦੀ, ਆਹੀ ਉਮਰ ਕੰਮ ਕਰਦੀ ਹੁੰਦੀ ਆ, ਫਿਰ ਬੰਦਾ ਹੋਰ ਕਰੇ ਤਾਂ ਕੀ ਕਰੇ, ਹਰੇਕ ਕਹਿ ਦਿੰਦਾ ਵੀ ਆਹੀ ਉਮਰ ਆ ਜਿਹੜਾ ਘੁੰਮ ਫਿਰ ਕੇ ਆਉਣਾ, ਘੁੰਮ ਫਿਰਿਆ ਉਹ ਇਸ ਤੋਂ ਬਾਅਦ ਨਾ ਬੁਢਾਪੇ 'ਚ ਘੁੰਮਿਆ ਜਾਵੇ, ਫਿਰ ਹੁਣ ਕੰਮ ਤਾਂ ਇੱਕ ਹੀ ਹੁੰਦਾ ਹੁੰਦਾ, ਦੋਨੇ ਨਹੀਂ ਇਕੱਠੇ ਹੁੰਦੇ ਨਾਲੇ ਯਾਰ, ਕਿੰਨਾ ਕੁ ਦਿਨ ਜਾਣਾ ਗਾ, 5-4 ਦਿਨ ਜਾਵਾਂਗੇ, 5-4 ਦਿਨਾਂ ਨੂੰ ਮੁੜਿਆ ਆਵਾਂਗੇ, ਫਿਰ ਆ ਕੇ ਇੱਥੇ ਖੇਤ 'ਚ ਹੀ ਫਿਰਨ ਤੇ ਸਾਰਾ ਦਿਨ। 5-4 ਦਿਨਾਂ ਦਾ ਕਿਹੜਾ ਕੋਈ ਖਰਚਾ ਹੁੰਦਾ, ਉਹ ਯਾਰ ਬੇਟਾ ਕੋਈ ਟਾਟੇ ਪੇਲੇ ਨਾਲ ਪਿੱਠ ਲੱਗਦੀ, ਉਹਨਾਂ ਦੀ ਜਿਹੜੇ ਤੈਨੂੰ ਖਵਾਈ ਜਾਣਗੇ ਨਾਲੇ ਆਪ ਖਾਈ ਜਾਣਗੇ। ਉਹ ਯਾਰ ਬਾਪੂ ਜੀ, ਤੇਰੇ ਤੋਂ ਮੈਂ ਮੰਗ ਦਾਂਗਾ ਤਾਂ ਤੂੰ ਮੈਨੂੰ ਕਹਿ ਯਾਰ। ਉਹ ਮੈਨੂੰ ਪਤਾ ਹੀ ਉਹ ਯਾਰ, ਤੂੰ ਅਜਿਹੇ ਦੇ ਯਾਰ ਨੰਗਲ, ਉਹ ਯਾਰ ਤੂੰ ਹੋਏ ਉਹ ਉਹਨਾਂ ਕੋਲ ਕਿੱਥੋਂ ਆ ਗਏ। ਉਹ ਬਾਪੂ ਤੇਰੇ ਤੋਂ ਤਾਂ ਨਹੀਂ ਮੰਗਣਾ, ਇਹ ਅਗਲੇ ਦੇ ਘਰੋਂ ਸਰਦਾ ਵਰਦਾ ਹਰੇਕ ਦਾ ਕੰਮ ਕਾਰ ਕਰਦੇ ਆ, ਜ਼ਮੀਨਾਂ ਚੰਗੀਆਂ ਸਾਰਿਆਂ ਕੋਲੇ, ਜਾਣਦਾ ਮੈਂ ਸਰਦੇ ਵਰਦੇ ਸਾਰਿਆਂ ਨੂੰ, ਸਹੀ ਸਰਦੇ ਵਰਦੇ ਨੇ ਕੁੱਲ ਨੂੰ ਜਾਣਦਾ ਸਰਦੇ। ਹੁਣ ਜੇ ਮੈਂ ਤੇਰੇ ਤੋਂ ਮੰਗ ਕੇ ਲੈ ਜਾਣਾ ਵਾਂ ਤਾਂ ਤੂੰ ਮੈਨੂੰ ਕਹਿਣਾ ਚੰਗਾ ਲੱਗੇ, ਪਰ ਜਦੋਂ ਅਗਲੇ ਮੈਨੂੰ ਆਪੇ ਲੈ ਜਾਂਦੇ ਆ, ਹੁਣ ਤੂੰ ਕਿਉਂ ਰੋਕਦਾ ਮੈਨੂੰ ਐਵੇਂ। ਮੈਂ ਮੰਗਣ ਤੋਂ ਨਹੀਂ ਡਰਦਾ, ਮੈਂ ਸਿਆਪੇ ਤੋਂ ਡਰਦਾ, ਜੋ ਤੂੰ ਐ ਤੇਰੇ ਰੋਜ਼ ਦੇ ਜਿਹੜੇ ਲੱਛਣ ਬਾਹਰ ਨਾ, ਇਹ ਕੋਈ ਚੰਗੇ ਨਹੀਂ ਹੈਗੇ, ਉਹ ਇੱਕ ਵੱਡ ਬੀਜਣਗੇ। ਉਹ ਵੱਡ ਕੀ ਬੀਜਣਾ ਯਾਰ, ਅਸੀਂ ਕਿਹੜਾ ਵੱਡ ਹੀ ਬੀਜਣਾ, ਜੋ ਕਿਸੇ ਬਾਹਰ ਲੈ ਕੇ ਗਿਆ ਕੋਈ ਗੱਲ ਵਾਕਾ ਹੋ ਗਿਆ ਵਿੱਚ ਨਾ ਆ ਜੂਗਾ, ਮੇਰੀ ਜਾਨ ਨੂੰ ਸਿਆਪਾ ਪੈ ਜੂਗਾ। ਉਹ ਨਾ ਨੂੰ ਉੱਥੇ ਅਸੀਂ ਕੀ ਕੋਈ ਡਾਕਾ ਮਾਰ ਜਾਂਦੇ ਕਿ ਲੜਨ ਜਾਂਦੇ ਆ ਕਿਸੇ ਨਾਲ, ਜਾਂਦੇ ਤਾਂ ਘੁੰਮਣ ਫਿਰਨਾ, ਆਪਾਂ ਇੰਜੋਇਮੈਂਟ ਕਰਾਂਗੇ ਤੇ ਮੁੜ ਆਵਾਂਗੇ। ਜਿਹੜਾ ਫਾਲਤੂ ਬਾਹਰ ਅੰਦਰ ਜਾਣਾ ਨਾ, ਡਾਕੇ ਹੁੰਦੇ ਬਸ, ਕੁਝ ਚੱਜ ਦੇ ਕੰਮ ਨਹੀਂ ਹੁੰਦੇ। ਜੇ ਕਿਸੇ ਬੰਦਾ ਕੰਮ ਧੰਦੇ ਜਾਊਗਾ ਤਾਂ ਗੱਲ ਪੱਤ ਹੋਊਗੀ, ਵੀ ਕੰਮ ਧੰਦੇ ਗਿਆ, ਜਿਹੜਾ ਫਾਲਤੂ ਜਿਹੜਾ ਮੇਰਾ ਮਤੋ, ਇਹ ਸਾਰੀਆਂ ਉਹੀ ਗੱਲਾਂ ਹੁੰਦੀਆਂ। ਉਹ ਯਾਰ ਬਾਪੂ ਤੇਰੇ ਨਾਲ ਕਿਹੜਾ ਮੱਥਾ ਲਾਵੇ ਯਾਰ, ਮੈਂ ਤਾਂ ਦੇਖ ਚੱਲਿਆਗਾ 5-4 ਦਿਨਾਂ ਲਈ, ਆ ਕੇ ਜਿਹੜਾ ਕੰਮ ਮਰਜ਼ੀ ਕਹਿ ਦੀ ਉਹੀ ਕਰ ਦੂੰ ਫਿਰ ਤਾਂ ਮੈਂ। ਗੱਲ ਵਿਗੜ ਗਿਆ ਸਾਰੇ, ਇਹਦਾ ਨੂਡਲ ਦਾ ਜਵਾਬ, ਇਹ ਤਾਂ ਸਾਰਾ ਦਿਨ ਇਹਦਾ ਆਹ ਗੱਲਾਂ ਦੀ ਹੋ ਗਈ, ਘੁੰਮਣ ਫਿਰਨ ਵਗ ਜਾ, ਮੈਂ ਘੁੰਮਣ ਫਿਰਨ ਵਗ ਜਾ, ਕਾਹਦੀ ਗੱਲ ਹੈ।
ਸਾਰਾ ਦਿਨ ਜਹਾਂ ਬੈਠਦੀ ਹੈ ਢੂਹਾ ਫਰੋੜ ਜਾਊਗਾ, ਇੱਥੋਂ ਕੀ ਕੱਢਦਾ ਪਾਉਂਦਾ ਇੱਥੇ, ਆਪਣੇ ਤਾਂ ਕਹਿੰਦੇ ਬੈਡ ਹੀ ਨਹੀਂ ਫਰੋੜੇ ਨਾ ਜੀ ਕਰਨ ਜੇ ਬੜੇ। ਕੁੜੀ ਦੇ ਟੋਸ ਇੱਥੇ ਕਿਵੇਂ ਫੋਨ ਆ ਗਿਆ? ਹਾਂ ਭਾਈ ਕਿਵੇਂ ਠੀਕ ਠਾਕ? ਅੱਛਾ ਮੈਂ ਤਾਂ ਠੀਕ ਹੀ ਹਾਂ ਪੁੱਤ, ਤੈਨੂੰ ਪਤਾ ਤੇਰੇ ਭਾਈ ਦਾ ਕਿਹੜੇ ਕੰਮ ਕਰਦਾ ਗਾ, ਸਾਰਾ ਦਿਨ ਲਹੂ ਪੀ ਜਾਂਦਾ, ਇੱਧਰ ਘੁੰਮਣ ਫਿਰਨ ਵਗ ਜਾ, ਇੱਧਰ ਵਗ ਜਾ, ਦੋ ਦਿਨ ਨਹੀਂ ਘਰੇ ਪੜਦਾ, ਬਹੁਤ ਹੀ ਨਿਕਲ ਜਾਂਦਾ। ਅੱਛਾ ਚੋਰੇ ਕੀ ਕੁਝ ਚੱਕ ਗਿਆ? ਅੱਛਾ ਤੁਹਾਡੇ ਘਰਾਂ ਚੋਂ ਸੀ, ਕਿਉਂ ਫਿਰ ਕਿਵੇਂ? ਅੱਛਾ ਉਹਨੇ ਵੀ ਤੇਰੇ ਕੋਲ ਰੱਖਤੇ ਸੀਗੇ, ਤੇ ਤੂੰ ਧਿਆਨ ਰੱਖਣਾ ਸੀ ਤਾਂ ਵੀ ਇਹੀ ਚੀਜ਼ ਕਰਿਆ ਕੰਮ ਨੂੰ ਕੀ ਹੁੰਦਾ ਸੀਗਾ। ਪ੍ਰਗਟ ਨੇ ਵੀ ਕਿਹਾ ਸੀ, ਪ੍ਰਗਟ ਇੱਥੇ ਸੀਗਾ, ਲੈ ਮੈਨੂੰ ਤਾਂ ਐਵੇਂ ਨਹੀਂ ਦੱਸਿਆ ਪ੍ਰਗਟ ਨੇ ਵੀ ਮੈਂ ਭੈਣ ਕੋਲੋਂ ਆਇਆਗਾ। ਅੱਛਾ ਟੋਕਸ ਸੀ, ਕਿੰਨੇ ਕੁ ਨਿਕਰ ਸੀ ਉਹਦੇ? ਅੱਛਾ ਖਵਾਈ ਤਾਂ ਥੋੜ੍ਹੀ ਸੀ, ਹੈਂ ਤਾਂ ਵੀ ਅੱਧੇ ਤੋੜਾ ਤਾਂ ਹੋਣੇ ਕਿ ਨਹੀਂ ਅੱਧਾ ਤੋੜਾ? ਅੱਛਾ ਲਗਭਗ ਜੀ ਸੀ, ਹੈਂ ਗੱਲ ਮਾੜੀ ਕਰੀ ਉਹਨੇ ਸਹੁਰੀ ਨੇ, ਫਿਰ ਕਾਹਨੂੰ ਕਰਨਾ ਸੀ। ਅੱਛਾ ਅੱਛਾ ਪ੍ਰਗਟ ਤੈਨੂੰ ਦੱਸ, ਪ੍ਰਗਟ ਇੰਨੀ ਚੀਜ਼ ਪਛਾਣ ਲਈ ਉਹ ਦੇਖਿਆ। ਚਲੋ ਕੋਈ ਨਹੀਂ, ਮੈਂ ਆਉਂਦਾ ਗਾ ਉੱਤ ਸਵੇਰੇ ਆ ਜਾਂਦਾ ਜਾਂ ਅੱਜ ਲੋਟ ਲਗਾ ਜਾ ਜੂੰਗਾ, ਕੋਈ ਗੱਲ ਨਹੀਂ, ਮੈਂ ਪ੍ਰਗਟ ਨੂੰ ਵੀ ਨਾਲ ਹੀ ਲਿਆਊਂਗਾ। ਕੋਈ ਨਹੀਂ ਚਲ ਠੀਕ ਹੈ। ਲੈ ਮਿੱਤਰਾ ਗੱਲ ਤਾਂ ਜਿਹੜੀ ਤੂੰ ਫਿਰਦਾ ਡਰਦਾ ਸੀ ਉਹੀ ਕੰਮ ਕਰਦਾ ਕੰਜਰ ਨੇ, ਤੂੰ ਤਾਂ ਕੱਟਦੀ ਬਣਾ ਆ ਤਾਂ ਲੈ ਸਾਰਾ ਕੁਝ ਚੱਕ ਕੇ ਇਹ ਲਿਆ, ਕੁੜੀ ਦੀਆਂ ਟੂਮਾਂ ਦੱਸੀਆਂ ਨੇ ਵੇਚ, ਹਾਂ ਟੋਕਸ ਉਹ ਕੁੜੀ ਦੇ ਹੋਣਗੇ ਜਮਾਂ ਲਾਜ਼ਮੀ, ਜਿਹੜੇ ਅੱਧੇ ਤੋੜ ਤੋਂ ਘੱਟਣ ਚਵਾਨੀ ਭਰ ਤੋਂ ਵੱਧਣ। ਕਿਉਂ ਇਹ ਗੱਲਾਂ ਜਿਹੜੀਆਂ ਸਿਆਣੇ ਕਹਿੰਦੇ ਹੁੰਦੇ ਨੇ ਉਹੀ ਗੱਲਾਂ ਸੱਚੀ ਹੁੰਦੀਆਂ? ਵਜ੍ਹਾ ਨਾਲ ਕਰਤਾਰਾ ਵੀ ਕਹਿੰਦਾ ਰਿਹਾ ਗੱਲਬਾਤ, ਹੁਣ ਸਿੱਧਾ ਕੀ ਕਹੇ ਵੀ ਤੇਰਾ ਮੁੰਡਾ ਭਾਈ ਮਾਰੇ ਕਦਮਾਂ ਦੇ ਹੋ ਗਿਆ, ਆਹਲਾ ਡਰਦਾ ਰਹਿੰਦਾ ਵੀ ਗੱਲ ਪਊਗਾ। ਗੱਲੀ ਬਾਤੀ ਤਾਂ ਜਿਹੜੀਆਂ ਉਹਨੇ ਪਰਸੋਂ ਗੱਲਾਂ ਕਰੀਆਂ ਬਣਤਾ, ਉਹ ਪਰਸੋਂ ਗੱਲਾਂ ਇਹੀ ਕਰੀਆਂ ਉਹਨੇ, ਹੈਂ ਉਹਨਾਂ ਦੇ ਮੁੰਡੇ ਦਾ ਜਰਕ ਦੇ ਨਾਂ ਲਿਆ, ਤੇਰੇ ਦਾ ਕਿਵੇਂ ਲਵੇ ਨਾ ਉਹ? ਆਹ ਤੈਨੂੰ ਆਪ ਹੀ ਪਤਾ ਲੱਗ ਗਿਆ, ਮਿੱਤਰਾ ਦਾ ਸ਼ਕੀਰੀਆਂ 'ਚ ਵੀ ਲੱਗ ਗਿਆ ਫੁੱਲ ਪਾਉਣ, ਅਤੇ ਇੱਥੇ ਤਾਂ ਤੇਰੀ ਦਾੜੀ ਪਟਾਈ ਨਹੀਂ, ਹੁਣ ਤਾਂ ਬਾਹਰ ਆਉਂਦਾ ਕਰਦਾ ਘਰੂ ਪਿੰਡਾਂ 'ਚ ਵੀ, ਜੋ ਸਾਰੀ ਹੁਣ ਬੰਦਾ ਦਾ ਵਿੱਚ ਇੱਕ ਵੀ ਨਹੀਂ ਜੱਜਦਾ ਇਹਨਾਂ 'ਚ, ਜਿਹੜੇ ਨਾ ਬੈਠਣ ਉੱਠਣਾ ਸਾਰੇ ਉਹ ਹੋਣ ਡੇਰ ਲੈ, ਸਿਆਣਪੇ ਨੂੰ ਕਦੋਂ ਆਊਗੀ ਫਿਰ? ਬੜਾ ਮਾੜੀ ਗੱਲ ਹੋਈ, ਜਦੋਂ ਪੱਕੀ ਮੇਜ਼ ਸੀ ਘਰ ਸੀ ਕੰਜਰ ਨੇ, ਚੱਲ ਮਨੋ।
ਸੋਚ ਉਹਨੂੰ ਕਿੱਥੇ ਜਾ, ਫੋਨ ਫਾਨ ਕਰਕੇ ਪੁੱਛਦੇ ਆ ਲੋਟ ਆ ਜੀ ਕਹਾਣੀ ਤਾਂ ਨਾਲ ਹੀ ਲੈ ਚੱਲਾਂਗੇ, ਆਹ ਦੱਸਦੀ ਨੀ ਉਹਨੂੰ। ਉਹ ਕੀ ਕਰੀ ਜਾਂਦਾ, ਖੜ ਜਾ ਮੇਰੀ ਗੱਲ ਸੁਣ ਲੈ। ਹਾਂ ਉਹ ਮੈਨੂੰ ਮਾੜਾ ਜਿਹਾ ਨਾ ਉੱਥੇ ਆਪਣਾ ਕੁੜੀ ਕੋਲ ਛੱਡ ਕੇ ਆ। ਉਹ ਯਾਰ ਬਾਪੂ ਮੇਰੇ ਤੋਂ ਤਾਂ ਜਾਇਆ ਨਾ, ਤੈਨੂੰ ਮੈਂ ਦੱਸ ਕੇ ਤੁਹਾਡੇ ਆ ਕੇ ਅਸੀਂ ਤਿਆਰੀ ਕਰਨੀ ਹੈਗੀ ਯਾਰ ਸਮਾਨ ਸਮੂਨ ਦੀ ਯਾਰ। ਲੈ ਭੈਣ ਦੇ ਪੀਰਾਂ ਦੇ ਕੰਨ ਦਾ ਪਹਿਲਾਂ ਮੇਰੀ ਸਾਰੀ ਗੱਲ ਤਾਂ ਸੁਣਦਾ ਹੀ ਨਹੀਂ। ਹਾਂ ਦੱਸ। ਹੁਣ ਮੈਨੂੰ ਪਤਾ ਤੂੰ ਐ ਖਾਲੀ ਹੱਥ ਤੁਰਿਆ ਜਾਂਦਾ, ਉੱਥੇ ਕਹਾ ਨਾ ਜਵਾਕਾਂ ਤੋਂ ਸ਼ਰੀਕ ਤੋਂ ਪੈਸੇ ਲਵਾਵਾਂਗਾ ਬਦਨਾਮੀ ਹੋਊਗੀ, ਨਹੀਂ ਤਾਂ ਮੈਂ 5000 ਰੁਪਇਆ ਪੁੱਛਿਆ ਉੱਥੇ। ਅੱਛਾ ਕੁੜੀ ਤੋਂ 2000 ਰੁਪਇਆ ਲਿਜਾਣਾ, 2 ਲੈ ਜੀ, 3 ਲਿਜਾਣਾ, 3 ਲੈ ਜੀ, ਨਾਲੇ ਮੈਨੂੰ ਉੱਥੇ ਛੱਡਿਆ ਹੀ ਮੈਂ ਉਹਨਾਂ ਦਾ ਪਤਾ ਸਤਾ ਲੈ ਲੂੰਗਾ। ਪੱਕੀ ਗੱਲ ਹੈ 10000 ਰੁਪਇਆ? ਕਿਉਂ ਲੈ ਜੀ ਰੁਪਇਆ, ਮੈਂ ਕੀ ਦਫਾ ਕਰਨਾ ਰੁਪਇਆ 60 ਰੁਪਇਆ ਕੰਜਰੋ। ਚੱਲ ਫੇਰ ਲੈ ਚੱਲਦਾ ਮੈਂ। ਹਾਂ ਤੇ ਮੈਨੂੰ ਉੱਥੇ ਲਾ ਕੇ ਆਪਦਾ ਵਗ ਜੀ ਤੂੰ, ਉੱਥੋਂ ਮੈਂ ਬੱਸ ਤੇ ਆ ਜੂ, ਠੰਡੇ ਹੋ ਜਾ, ਪਰੌਣਾ ਛੱਡ ਜੂ ਮੈਨੂੰ। ਚੱਲ ਫਿਰ ਤਿਆਰੀ ਤਾਂ ਅਸੀਂ ਮਾਂਗਰੀ ਕਰਾਂਗੇ, ਚੱਲ ਫਿਰ ਪਹਿਲਾਂ ਮੈਂ ਤੈਨੂੰ ਚਾਰ ਕੇ ਆਉਣਾ। ਹਾਂ ਚੱਲ ਉਹਨਾਂ ਨੂੰ ਕੁਛ ਫੋਨ ਕਰ ਦੇਗਾ, ਮੈਂ ਬਾਪੂ ਨੂੰ ਛੱਡ ਕੇ ਫੇਰ ਆਉਣਾ ਤੇਰੇ ਕੋਲ। ਉਹ ਕੋਈ ਨਾ, ਉਹਦੀ ਫਿਕਰ ਨਾ ਕਰ, ਇਹਨਾਂ ਨੂੰ ਤਾਂ ਮਾਫੀ ਕਹਿ ਦੂੰ। ਚੱਲ ਮੋੜ ਦੇ। ਬੋਲਦੇ ਕਿਉਂ ਨਹੀਂ ਭਾਈ ਤੁਸੀਂ, ਮੇਰੀਆਂ ਟੂਮਾਂ ਦਿਓ, ਕਿੱਥੇ ਆ ਮੇਰੀਆਂ ਟੂਮਾਂ? ਭੈਣੇ ਟੂਮਾਂ ਤਾਂ ਜੇ ਤੇਰੀਆਂ ਗਵਾਚੀਆਂ, ਨਾਲ ਮੇਰੀਆਂ ਵੀ ਤਾਂ ਗਵਾਚੀਆਂ ਹੀ ਨੇ ਨਾ, ਤੁਸੀਂ ਸਾਡੇ ਤੇ ਕਿਉਂ ਦੂਸ਼ਣ ਲਾਈ ਜਾਂਦੇ ਹੋ? ਵੇਖ ਮੀਤ ਮੇਰੀ ਗੱਲ ਸੁਣ, ਤੇਰੀ ਤਾਂ ਇੱਕ ਜੋੜੀ ਟੌਪਸਾਂ ਦੀ ਸੀ, ਮੇਰੀਆਂ ਇੰਨੀਆਂ ਟੂਮਾਂ ਸੀ, ਉਹ ਵੀ ਨਾਲ ਲੈ ਗਈ, ਨਾਲੇ ਤਾਂ ਸੋਨੂੰ ਭਾਈ ਮੈਂ ਟੁੱਕ ਖਵਾਇਆ ਤੇ ਨਾਲੇ ਉਲਟਾ ਮੇਰੇ ਤੇ ਆਹ ਚੋਰੀ ਦਾ ਉਹ ਕਰਤਾ। ਓ ਚੁੱਪ ਕਰ ਜਾ, ਖੜ ਜਾ, ਮੈਨੂੰ ਕਰ ਲੈਂਦੇ ਗੱਲ। ਮੇਰੀ ਗੱਲ ਸੁਣੋ ਜੀ, ਤੁਸੀਂ ਨਹੀਂ ਬੋਲਦੇ, ਜਦੋਂ ਨਾ ਜਦੋਂ ਨਾ ਸੋਨੂੰ ਪੁਲਿਸ ਲੈ ਗਈ ਨਾ, ਕੜੀਸ ਕੇ ਪਟੇ ਪਏ ਚਾਰ, ਉਦੋਂ ਬੋਲਣਗੇ ਮੇਰੇ ਬਾਪੂ ਨੂੰ ਆ ਜਾਣ ਦੇ। ਕੋਈ ਨਾ, ਤੇ ਤੇਰਾ ਬਾਪੂ ਉਹ ਦੇਖੀ ਹੋਵੇਗਾ, ਉਹ ਆ ਗਏ ਮੇਰੇ ਬਾਪੂ ਵਰਗੇ, ਬਸ ਕੋਈ ਨਾ। ਭੈਣੇ ਸਾਡਾ ਤਾਂ ਨਾ ਚਾਹੇ ਜਾ ਕੇ ਸਾਰਾ ਘਰ ਪਰੋਲ ਲੋ, ਸਾਡੇ ਘਰੋਂ ਜੇ ਟੂਮਾ ਮਿਲ ਗਿਆ ਤਾਂ ਸਾਨੂੰ ਨੀਵੇਂ ਥਾਂ ਬਿਠਾ ਦੇ। ਕੋਈ ਨਾ, ਹੁਣ ਪੁੱਛ ਲੂ ਮੇਰਾ ਬਾਪੂ ਤਾਂ। ਸਤਿ ਸ਼੍ਰੀ ਅਕਾਲ ਬਾਪੂ ਜੀ। ਹੋਰ ਬਾਈ ਕੀ ਹਾਲ ਹੈ? ਵਧੀਆ। ਉਹ ਬਾਈ ਜੇ ਤਾਂ ਕੋਈ ਤਰੀਕੇ ਦੀ ਕੋਈ ਮਜਬੂਰੀ ਹੈ ਜੇ ਤਾਂ ਉਹਦੀ ਕੋਈ ਚੱਕੀਆਂ ਤੇ ਦੱਸ ਦੋ, ਉਹ ਤਾਂ ਮੈਨੂੰ ਪਤੀ ਹੈ ਤੂੰ ਚੱਕਦਾ ਤਾਂ ਹੈ ਨਹੀਂ ਹੈ ਜੀ ਕੋਈ ਚੀਜ਼। ਕੀ ਗੱਲ ਹੋ ਗਈ ਭਾਈ? ਕੋਈ ਤਰੀਕੇ ਕੀ ਦੱਸਾਂ ਪ੍ਰਗਟ, ਮੇਰੀ ਗੱਲ ਸੁਣ, ਅਸੀਂ ਤਾਂ ਇੱਕ ਤਾਂ ਭਾਈ ਇਹਨਾਂ ਤੇ ਤਰਸ ਖਾਦਾ, ਇਹਦੇ ਬੰਦੇ ਤੇ ਵੱਜੀ ਸੀ ਸੱਟ, ਮੈਂ ਹੈ ਵੀ ਚੱਲ ਭਾਈ ਮੈਨੂੰ ਤਰਸ ਆਇਆ, ਨਾਲੇ ਤਾਂ ਹੈਪੀ ਨੇ ਤੇਰੇ ਬਾਈ ਨੇ ਦੇਤੇ ਇਹਨਾਂ ਨੂੰ ਪੈਸੇ ਵੀ, ਲੈ ਭਾਈ ਆਪਦਾ ਇਲਾਜ ਕਰਾ ਲਿਓ। ਨਾਲੇ ਭਾਈ ਕੰਮ ਕਿੱਡੀ ਗੱਲ ਆ, ਹੁਣ ਦਿੰਦੇ ਹੁੰਦੇ ਪੈਸੇ? ਕੋਈ ਗੱਲ ਕਰ ਲੈਂਦੇ ਭਾਈ, ਉਹ ਕਿੱਡੇ ਕਿਵਲੇ ਪੈਸੇ ਵੀ ਦਿੰਦੇ ਹੁੰਦੇ। ਅੱਛਾ ਫਿਰ ਬਾਪੂ ਜੀ, ਨਾਲੇ ਤਾਂ ਇਹਨਾਂ ਨੂੰ ਕਿਹਾ ਵੀ ਭਾਈ ਸਾਡੇ ਕੰਮ ਕਰਿਓ, ਨਾਲੇ ਤੁਸੀਂ ਰੋਟੀ ਟੁੱਕ ਇੱਥੋਂ ਖਾਇਓ, ਜੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਭਾਈ ਸਾਨੂੰ ਉਹ ਵੀ ਦੱਸਿਓ। ਉੱਤੇ ਦੁੱਧਾਂ ਕੱਢਣੀਆਂ, ਰੋਟੀ ਟੁੱਕ ਖਾ ਲੈ ਜੇ ਕਿਸੇ ਨੇ। ਮੇਰੀ ਗੱਲ ਸੁਣ ਲਓ ਜੀ, ਇਹ ਭਾਈ ਡੈਡੀ ਮੈਨੂੰ ਟੂਮਾ ਫੜਾ ਗਈ। ਅੱਛਾ ਮੀਤ ਕਹਿੰਦੀ ਵੀ ਭੈਣੇ ਵੀ ਮੈਂ ਆਖਿਆ ਭਾਈ ਵੀ ਤੂੰ ਐ ਗਹਿਣੇ ਗੱਟੇ ਨਾ ਪਾ ਕੇ ਆਇਆ ਕਰ, ਵੀ ਸੁੰਨੀ ਗਲੀ ਐ, ਜੇ ਭਾਈ ਕਿਸੇ ਨੇ ਤੇਰੇ ਕੰਨ ਪੱਟ ਲਏ ਤੂੰ ਤਾਂ 4 ਦਿਨਾਂ ਨੂੰ ਐ ਕਹੇਂਗੀ ਵੀ ਮੈਂ ਭੈਣ ਕੇ ਜਾਂਦੀ ਸੀ ਕੰਮ ਕਰਦੀ ਸੀ। ਚਲੋ ਸਿਆਣੀ ਗੱਲ ਆ ਤਾਂ ਕਰੀ। ਹਾਂਜੀ ਤੇ ਨਾਲੇ ਤਾਂ ਡੈਡੀ ਇਹਨੇ ਮੇਰਾ ਘਰ ਸਮਾਰਿਆ, ਨਾਲੇ ਇਹਨੂੰ ਪਤਾ ਲੱਗ ਗਿਆ ਵੀ ਆਹ ਟੂਮਾ ਭੈਣ ਨੇ ਇੱਥੇ ਰੱਖਣਾ, ਨਾਲੇ ਤਾਂ ਟੂਮਾ ਲੈ ਗਈ ਚੱਕ ਕੇ, ਨਾਲੇ ਮੇਰੀਆਂ ਲੈ ਗਈ, ਨਾਲੇ ਆਪਦੀਆਂ ਲੈ ਗਈ। ਤੇ ਮੈਂ ਤਾਂ ਭੈਣੇ ਤੈਨੂੰ ਪਹਿਲਾਂ ਕਹਿੰਦਾ ਸੀਗਾ ਵੀ ਤੂੰ ਆਪਦੀਆਂ ਟੂਮਾ ਸੰਭਾਲ ਕੇ ਰੱਖਿਆ ਕਰ। ਕੋਈ ਕੋਈ ਤੂੰ ਕਹਿੰਦਾ ਮੇਰੇ ਨਾਲ ਨਹੀਂ, ਆ ਚਾਹੇ ਹੱਥ ਜੜਾ ਲਓ ਸਾਡੇ ਘਰ ਦੀ, ਬਈ ਹੈਪੀ ਤੇ ਤੂੰ ਕੋਈ ਚੀਜ਼ ਲੁਕੋਈ ਨਹੀਂ ਹੈਗੇ, ਜਾ ਕੇ ਤਲਾਸ਼ੀ ਲੈ ਲੈ, ਵੀ ਗਰੀਬ ਆ ਮਜਬੂਰ ਆ ਪਰ ਚੋਰ ਨਹੀਂ ਹੈਗੇ, ਅਸੀਂ ਕੁਛ ਨਹੀਂ ਚੱਕਿਆ ਹੈਗਾ, ਮੈਨੂੰ ਮੀਤ ਦਾ ਪਤਾ ਭਾਈ, ਮੈਨੂੰ ਵੀ ਪਤਾ ਸਾਰਾ ਯਾਰ, ਇਹ ਨਹੀਂ ਚੋਰੀ ਕਰਦੀ। ਕੋਈ ਜੀ ਕਰ ਦਿਓ, ਕਮੈਂਟ ਤੇ ਖੜੋ, ਕਮੈਂਟ ਮੈਨੂੰ ਐ ਦੱਸੋ ਉਹ ਕੁੜੀ ਦੇ ਟੌਪਸ ਸੀਗੇ? ਹਾਂ ਡੈਡੀ ਟੌਪਸ ਸੀ। ਅੱਛਾ ਕਹੀ ਜੇ ਟੌਪ ਜਾ ਬਰੋਲਾ ਲਾ ਗਿਆ ਬਾਪੂ ਯਾਰ, ਹੁਣ ਉਹ ਮੈਂ ਤਾਂ ਕੋਈ ਨੂੰ ਗੱਲ ਕਰਦਾ ਸੁੱਤੇ ਆਪਦੇ ਕੰਮ ਦੀ, ਪਰ ਸਾਡੇ ਤਾਂ ਤੈਨੂੰ ਪਹਿਲਾਂ ਕਹਿਣਾ ਸੀ। ਉਹ ਟਿਕ ਗਿਆ ਭਾਈਆ, ਉਹ ਇਧਰ ਆ ਕੁੜੀ, ਹਾਂਜੀ ਬਾਪੂ ਜੀ ਮੇਰੇ ਇਹ ਟੌਪਸ ਆ, ਦੇਖ ਲੈ ਭੈਣੇ ਸਾਨੂੰ ਚੋਰ ਕਹੀ ਜਾਂਦੇ ਆ। ਤਾਂ ਜਾ ਕੇ ਲੱਖਾਂ ਪਾ ਮੇਰੇ ਅੱਖਾਂ ਚ ਖਬਰ ਬਣੀਆਂ।
ਕਿਉਂ ਬਾਪੂ ਪ੍ਰਗਟ ਤੋਂ ਕੀ ਹੋਇਆ? ਘਰੇ ਸੀ ਉਦੋਂ ਬਾਅਦ ਭੱਜ ਕੇ ਵਗ ਗਏ। ਮੈਂ ਤੈਨੂੰ ਕੀ ਕਹੀ, ਨਹੀਂ ਕੋਈ ਕਰਦਾ ਹੁੰਦਾ, ਕੋਈ ਗਰੀਬ ਆ, ਕੋਈ ਚੋਰੀ ਪਤਾ ਨੀ ਕਿੱਥੋਂ ਕੋਲ ਜੰਮ ਪੀ ਹੈ। ਤੂੰ ਚੋਰੀ ਵੀ ਕਰਨ ਲੱਗ ਗਿਆ, ਮੈਨੂੰ ਤਾਂ ਹਜੇ ਵੀ ਨੀ ਯਕੀਨ ਪ੍ਰਗਟ ਤੇ ਮੈਨੂੰ ਤਾਂ ਸੱਚੀ ਲੱਗ ਗਿਆ ਯਕੀਨ। ਮੈਂ ਤੀਜੇ ਦਿਨ ਘੁੰਮਣ ਫਿਰਨ ਵਗ ਜਾਂਦਾ, ਤੀਜੇ ਦਿਨ ਵਗ ਜਾਂਦਾ। ਮੈਨੂੰ ਗੱਲੀ ਵਿੱਚ ਕਰਤਾਰੇ ਨੇ ਦੱਸਤਾ ਸੀ, ਕਹਿੰਦਾ ਮੁੰਡਿਆਂ ਦੇ ਲੱਛਣ ਬਦਲ ਹੋ ਜਾਂਦੇ ਨਾ, ਟੰਗਾ ਤੋੜੂਗਾ ਜਾਣ ਨੂੰ ਕਿਸੇ ਪਾਸੇ ਨੀ ਦਿੰਦਾ ਤੈਨੂੰ। ਜੇ ਗੱਲਾਂ ਕਹਿੰਦੇ ਤੈਨੂੰ ਛੁਡਾ ਕੇ ਦੂੰਗਾ, ਜੇ ਬੇਚੀਆਂ ਤਾਂ ਉਹ ਦੱਸ ਦੇ। ਬਾਪੂ ਯਾਰ ਬੇਚੀਆਂ ਕਰੂ, ਧਰੀਆਂ ਤਾਂ ਗਹਿਣੀ ਹੈ, ਮੇਰੀ ਗੱਲ ਸੁਣ, ਤੂੰ ਮੇਥੋਂ 5000 ਰੁਪਇਆ ਮੰਗਿਆ, ਮੈਂ ਤੈਨੂੰ 5000 ਰੁਪਇਆ ਦੇਣ ਲਈ ਤਿਆਰ ਹੋ ਗਈ, ਤੂੰ ਏਡੇ ਏਡੇ ਕਾਰੇ ਕਰੀ ਜਾਂਦਾ। ਭੈਣੇ ਤੂੰ ਤਾਂ ਤਿਆਰ ਹੋ ਗਈ ਸੀ, ਪਰ ਜਦੋਂ ਮੈਂ ਬਾਈ ਨਾਲ ਕੋਈ ਗੱਲ ਕਰਦਾ ਖੇਤ ਜਾ ਕੇ ਤਾਂ ਮੈਨੂੰ ਪੁੱਠੇ ਹੀ ਬੋਲਦਾ ਸੀਗਾ। ਮੈਨੂੰ ਆਇਆ ਸੀਗਾ ਵੀ ਇੱਥੇ ਨਾਲੇ ਤਾਂ ਮੈਨੂੰ ਕਰਨਾ ਪਊਗਾ ਕੰਮ, ਤੇ ਨਾਲੇ ਮੈਨੂੰ ਐ ਨੀ ਪਤਾ ਰੁਪਈਏ ਮਿਲਣਗੇ ਜਾਂ ਨਾ ਮਿਲਣਗੇ। ਮੈਂ ਤਾਂ ਫਿਰ ਤਾਹੀਂ ਤੁਮਾਂ ਬੇਚੀ ਜਵਾਕੜੀ ਨਾ ਘਰੇ ਬਖਾਦ ਪਈ ਜਾਂਦਾ ਹੋਊਗਾ, ਕਾਰਨ ਗਰੀਬ ਬੰਦੇ ਵਿਚਾਰੇ, ਉਹਨਾਂ ਨੇ ਦਿੱਤੀ ਪਤਾ ਕੀ ਬੀਤੀ ਹੋਊਗੀ। ਸਹੀ ਗੱਲ ਆ ਬਾਪੂ ਜੀ, ਦੇਖ ਲਾ ਭੈਣੇ ਸਾਡੇ ਤੇ ਡਲ ਜਾਮ ਲਾਈ ਜਾਂਦੀ ਸੀਗੀ ਚੋਰੀ ਦਾ। ਮੈਨੂੰ ਕਿਸੇ ਪਾਸੇ ਲਿਖਣ ਦਾ ਦਿੰਦਾ ਨੀ, ਉਹਦਾ ਮੇਰਾ ਕੰਮ ਹੈ, ਪਰ ਗਾਹਾਂ ਨੂੰ ਇਹਨੂੰ ਵਰਨਣ ਨੀ ਦੇਣਾ, ਪਿੰਡ ਦੀ ਜੂਝ ਨੀ ਵਰਨ ਦੇਣਾ। ਨਾ ਬਸ ਗੱਲ ਕੋਈ ਲੋੜ ਨੀ, ਤੈਨੂੰ ਤਾਂ ਪਤਾ ਹੁੰਦਾ ਦੋ ਘਰ ਹੋਰ ਵੀ ਪੱਟਦੇ ਸੀ, ਰੋਟੀ ਖਾਣ ਨੂੰ ਆਟਾ ਹੀ ਨੀ ਸੀ ਘਰੇ, ਇੰਨਾ ਪੈਸਾ ਕਿੱਥੋਂ ਦੇ ਦਿੰਦੇ ਸੀ? ਸੱਟ ਪੈਸੇ ਤੋਂ ਲੱਗ ਗਿਆ ਲਾਡ ਦੀ ਖਾਤਰ, ਰਹਿੰਦਾ ਹੁਣ ਹਕੂਮਤ ਦੇ ਪੈਸੇ ਕਿੱਥੋਂ ਭਰਦਾ ਉਹ? ਮੇਰੀ ਗੱਲ ਸੁਣੋ, ਜਲੂਸ ਕੱਢ, ਮੈਨੂੰ ਤਾਂ ਇਹ ਗੱਲ ਦਾ ਪਤਾ ਕਰ ਲੈ, ਮੈਨੂੰ ਤਾਂ ਇਹਦੇ ਯਕੀਨ ਹੀ ਬਾਲਾ ਸੀ, ਮੈਨੂੰ ਤਾਂ ਆਏ ਸੀ ਵੀ ਮੇਰੇ ਭਰਾ ਕੰਮ ਨੀ ਕਰਦਾ, ਚੋਰੀ ਨਹੀਂ ਕਰਦੀ। ਚੱਲ ਕੋਈ ਗੱਲ ਨੀ, ਹੁਣ ਜਿਹੜਾ ਕੁਛ ਹੋ ਗਿਆ ਨਾ ਉਹ ਤਾਂ ਹੋ ਗਿਆ, ਨਾਲੇ ਇੱਕ ਗੱਲ ਦਾ ਪ੍ਰਗਟ
ਜਿਹੜਾ ਹੱਥੀ ਮੈਂ ਸੜਕਾ ਪੱਥਰ ਤੁਸੀਂ ਕਰੋ ਗੱਲ ਮੈਂ ਇਹਦੇ ਨਾਲ ਗੱਲ ਕਰਦਾ ਮੁੰਡੇ ਨਾਲ ਬਾਲ ਵੀ ਕੰਮ ਹੋਰ ਕਈ ਜਰ ਕੀ ਕਰਨਾ ਦੇਖ ਉਹ ਤਾਂ ਵਧੀਆ ਬਾਪੂ ਰੇੜਾ ਕੱਲਾ ਜਿਹੜਾ ਬੇਦਾਵਾ ਲਫਾਕੀ ਆ ਗਿਆ ਜੇ ਕੋਈ ਹੋਰ ਹੁੰਦਾ ਨਾ ਤੈਨੂੰ ਜੇਲ੍ਹ ਦੀ ਚੱਕੀ ਪੀਸਣੀ ਪੈਂਦੀ ਤੈਨੂੰ ਪਤਾ ਫੇਰ ਲੱਗਦਾ ਨਾ ਨਾ ਬਈ ਜਿਹੜਕੋ ਭੈਣੇ ਮੈਂ ਅੱਗੇ ਤੋਂ ਨੀ ਇਹੋ ਜਿਹਾ ਕੰਮ ਕਰਦਾ ਮੈਂ ਤਾਂ ਮਾਫ਼ੀ ਮੰਗਦਾ ਗਾ ਮੈਂ ਤਾਂ ਬਸ ਮੇਰੇ ਤਾਂ ਦਿਮਾਗ ਨੇ ਨੀ ਕੰਮ ਕਰਿਆ ਚੱਲ ਮੇਰੀ ਗੱਲ ਸੁਣ ਪ੍ਰਗਟ ਹਜੇ ਤਾਂ ਇੰਨਾ ਸ਼ੁਕਰ ਆ ਤੂੰ ਨਾਲ ਆ ਗਿਆ ਮੈਂ ਤਾਂ ਕੀ ਪਤਾ ਇਹਨਾਂ ਨੂੰ ਕੀ ਕੁਛ ਕਰਵਾਉਂਦੀ ਹਜੇ ਕਰਾਉਂਦੇ ਹੋ ਗਰੀਬ ਨੂੰ ਜੇਲ੍ਹ ਕਰਾਉਂਦੇ ਹੋਰ ਤਾਂ ਕੋਈ ਕਸਰ ਨਹੀਂ ਰਹੀ ਹੋਰ ਕਰਾਉਂਦੇ ਜੀ ਚੱਲ ਬਈ ਕੋਈ ਨਾ ਧੰਨਵਾਦ ਤੁਹਾਡਾ ਗਰੀਬ ਦੀ ਕੋਈ ਮਜਬੂਰੀ ਹੁੰਦੀ ਹੈ ਚੋਰ ਨਹੀਂ ਹੁੰਦਾ ਕੋਈ ਬਿਨਾਂ ਮਦਦ ਦਾ ਗੱਲ ਕਹੀ ਨਹੀਂ ਜਾਂਦੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਆਪਦਾ ਭਈ ਚੱਲ ਹੈਗਾ ਤਾਂ ਫਿਰ ਵੀ ਆਪਦਾ ਬਾਪੂ ਨੂੰ ਸਮਝਾ ਲਿਆ ਵੀ ਥਾਣੇ ਕਚਹਿਰੀਆਂ ਨੂੰ ਰਹਿਣ ਦੋ ਚੱਲ ਜਿਹੜਾ ਬੇਦਾਵਾ ਲਿਖਾਉਣਾ ਸੀ ਉਹ ਲਿਖਾਤਾ ਵੀ ਜੇਲ੍ਹ ਜੂਲ ਨਾ ਕਰਾ ਦੇ ਵੀ ਤਾਂ ਆਪਾਂ ਤਾਂ ਚੱਲੀਏ ਬਸ ਉਹੀ ਗੱਲ ਆ ਇਮਾਨਦਾਰੀ ਤਾਂ ਚੱਲ ਫਲ ਲੇਟ ਮਿਲਦਾ ਹੁੰਦਾ ਮਿਲ ਗਿਆ ਸੱਚੇ ਸੀ ਤਾਂ ਸੱਚ ਸਾਹਮਣੇ ਆ ਗਿਆ ਜੇ ਬਾਪੂ ਕਿਤੇ ਇਹ ਗੱਲ ਨਾ ਪਤਾ ਲੱਗਦੀ ਉਹਨੂੰ ਹਨਾ ਬਸ ਆਪਾਂ ਤਾਂ ਖਾਮ ਖਾਂ ਗਰੀਬ ਰਗੜੇ ਗਏ ਸੀ ਚੱਲ ਕੋਈ ਨਾ ਬਾਈ ਬੰਟੂ ਨਾਲ ਆ ਯਾਰ ਮੈਂ ਇਹ ਜੀ ਗੱਲ ਨਹੀਂ ਮੈਨੂੰ ਪੱਕਾ ਭਰੋਸਾ ਬਾਈ ਬੰਟੂ ਬਾਈ ਮੈਂ ਵੀ ਬਾਈ ਮਾਫੀ ਮੰਗਦੀ ਆ ਤੇਥੋਂ ਵੀ ਮੈਂ ਵੀ ਤੁਹਾਨੂੰ ਉੱਚਾ ਨੀਵਾ ਬੋਲੀ ਮੈਨੂੰ ਕੀ ਪਤਾ ਸੀ ਵੀ ਮੇਰੇ ਭਰਾ ਨੇ ਹੀ ਇਹੋ ਜਿਹਾ ਕੰਮ ਕੀਤਾ ਚੱਲ ਕੋਈ ਨਾ ਭਾਬੀ ਗੱਲ ਪਤਾ ਕੀ ਆ ਕਿਸੇ ਦਾ ਕਸੂਰ ਨਹੀਂ ਹੈਗਾ ਜਦੋਂ ਘਰੇ ਕੋਈ ਇਹੋ ਜੀ ਗੱਲ ਹੋ ਜੇ ਨਾ ਅਮੀਰ ਬੰਦੇ ਦੀ ਪਹਿਲਾਂ ਨਿਗਾਹ ਸ਼ੱਕ ਗਰੀਬ ਤੇ ਜਾਂਦਾ ਸਹੀ ਗੱਲ ਵੀ ਇਹ ਨਹੀਂ ਚੱਕਿਆ ਹੋਊਗਾ ਇਹਨੂੰ 100 ਮਜਬੂਰੀਆਂ ਹੁੰਦਾ ਉਹਦੀ ਇਮਾਨਦਾਰੀ ਉਹਦਾ ਵਿਸ਼ਵਾਸ ਕੋਈ ਨਹੀਂ ਦੇਖਦਾ ਉਹ ਉਸ ਵੇਲੇ ਅਗਲਾ ਆਇਆ ਦੇਖਦਾ ਵੀ ਇਹ ਸਾਲਾ ਭੁੱਖਾ ਮਰੀ ਜਾਂਦਾ ਇਹਨੇ ਚੋਰੀ ਕੀਤੀ ਹੋਊਗੀ ਗਰੀਬ ਨਾਲ ਤਾਂ ਉਹੀ ਗੱਲ ਆ ਜਗੋਦਰਮੀ ਹੋ ਜਾਂਦੀ ਜਗੋਦਰਮੀਆਂ ਹੋ ਜਾਂਦੀਆਂ ਚੱਲ ਕੋਈ ਨਾ ਬਈ ਪੈਸੇ ਤੇਥੋਂ ਜਿਹੜੇ ਲਿੱਤੇ ਸੀ ਜ਼ਰੂਰ ਮੋੜ ਲਓ ਕੋਈ ਨਾ ਪੈਸਾ ਸਹੀ ਹੋ ਗਿਆ ਕੋਈ ਨਾ ਕੰਮ ਕਰ ਲਾ ਫੇਰ ਸਿੱਧੇ ਹੋਏ ਉੱਤੇ ਮੋੜਦੀ ਇਹ ਤਾਂ ਚੱਲੀ ਜਾਂਦਾ ਆਪਣੇ ਤਾਂ ਘਰ ਦੀ ਗੱਲ ਹੈ ਚੱਲ ਚੰਗਾ ਬਈ ਧੰਨਵਾਦ ਤੁਹਾਡਾ ਕੋਈ ਨਾ ਬਈ ਚੰਗਾ ਬਈ ਚਲੋ ਜੀ ਬਾਪੂ ਦੇ ਪੈਰ ਫੜ ਲਾ ਵੀ ਬਾਪੂ ਮੈਨੂੰ ਕਰਦੇ ਮਾਫ ਨਾਲੇ ਤਾਂ ਵੇਖ ਸਾਡਾ ਘਰ ਖਰਾਬ ਹੁੰਦਾ ਹੁੰਦਾ ਬਚ ਗਿਆ ਤੇ ਨਾਲੇ ਉਹ ਵੇਖ ਅਮੀਤ ਵਿਚਾਰੀ ਆਪਦੇ ਜੇ ਉਹਨੇ ਚੰਗੇ ਕਰਮ ਕੀਤੇ ਸੀ ਤਾਂ ਸੱਚਾਈ ਹਾਂ ਸੱਚਾਈ ਸੋਚੂਗਾ ਬੰਦਾ ਉਹ ਪੈਣੇ ਜਦੋਂ ਮੈਂ ਰੁਪਏ ਮੰਗੇ ਸੀ ਜਿਹੜੇ ਤੇ ਬਾਈ ਮੈਨੂੰ ਉਹਦੀ ਪਹਿਲੇ ਜੀ ਹਾਂ ਕਰ ਦਿੰਦਾ ਮੈਂ ਇਹ ਜਿਹਾ ਕਦਮ ਨਹੀਂ ਜਿਆਦਾ ਪਰ ਮੈਨੂੰ ਆ ਪਤਾ ਹੁੰਦਾ ਤੂੰ ਚੋਰੀ ਕਰੇਗਾ ਸਾਡੇ ਘਰੇ ਆ ਕੇ ਮੈਂ ਤੈਨੂੰ ਉਹੀ ਦੇ ਦਿੰਦਾ 5000 ਅੱਗੇ ਕਿਹੜਾ ਮੈਂ ਤੈਨੂੰ ਕਿਤੇ ਦਿੱਤੇ ਨਹੀਂ ਅੱਗੇ ਤਾਂ ਖਾਈ ਹੁੰਦਾ ਸੀ ਰੁਪਏ ਜਦੋਂ ਮੈਨੂੰ ਐਂ ਨਹੀਂ ਪਤਾ ਸੀ ਤੂੰ ਇੰਨੇ ਕੰਮ ਕਰਨ ਲੱਗ ਗਿਆ ਹਜੇ ਤਾਂ ਪ੍ਰਗਟ ਮੇਰੀ ਗੱਲ ਸੁਣ ਬਾਪੂ ਜੀ ਨੂੰ ਤੇਰੇ ਆ ਕੰਮ ਦਾ ਪਤਾ ਲੱਗ ਗਿਆ ਹਜੇ ਤੇਰਾ ਵਿਆਹ ਕਰਨਾ ਕੀ ਪਤਾ ਕੀ ਕੀ ਕੁਛ ਨਿਕਲਦਾ ਅੱਗੇ ਮੈਂ ਤਾਂ ਬਾਪੂ ਨਾਲ ਰੋਜ਼ ਗੱਲਾਂ ਹੁੰਦੀਆਂ ਸੀ ਭੈਣੇ ਜੇ ਹੁਣ ਮੈਂ ਇੱਥੇ ਨੀ ਆਊਂਗਾ ਹੋਰ ਮੈਂ ਜਾਊਂਗਾ ਕਿਸੇ ਹੁਣ ਇਕੱਲੀ ਦਾ ਤੂੰ ਭੈਣਾਂ ਕੀ ਆਪਾਂ ਕਿਹੜਾ ਕੋਈ ਬਾਲੇ ਭੈਣ ਭਰਾ ਆਏਗੇ ਪ੍ਰਗਟ ਮੇਰੀ ਗੱਲ ਸੁਣ ਜਿਹੜੀ ਮੈਂ ਗਲਤੀ ਕਰ ਮੇਰੀ ਗੱਲ ਸੁਣ ਇੱਜ਼ਤ ਬਣਾਉਣੀ ਬਹੁਤ ਔਖੀ ਆ ਗਮਾ ਤਾਂ ਬੰਦਾ ਮਿੰਟ ਚ ਲਊਗਾ ਹੁਣ ਤੂੰ ਜਿਹੜੀ ਆਹ 2 ਮਿੰਟਾਂ ਚ ਖੇ ਕਰੀ ਆ ਨਾ ਇਹ ਬਣਾ ਹੁਣ ਭਾਈ ਜੇ ਤੂੰ ਇਹਨਾਂ ਦੇ ਮਨਾਂ ਚ ਬੈਠਣਾ ਹੈ ਵੀ ਆਏ ਵੀ ਮੈਂ ਚੰਗੇ ਕੰਮ ਕਰਨੇ ਹੈ ਇਹੋ ਜਿਹਾ ਕੰਮ ਕਰਕੇ ਦਿਖਾ ਜਿਹੜਾ ਅਗਲਾ ਵੀ ਤੈਨੂੰ ਸਲਾਉਣ ਕੋਈ ਨਾ ਭੈਣੇ ਹੁਣ ਚੱਲ ਚੰਗਾ ਬਾਪੂ ਤੋਂ ਮਾਫੀ ਮੰਗ ਲਾ ਚੱਲ ਉੱਠ।